ਦੇਸ਼ ਵਿਦੇਸ਼ਾਂ ਦੇ ਵਿੱਚ ਇਵਨ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਸੰਤ ਪ੍ਰੋਗਰਾਮ ਖੋਜ ਦਰਪਣ ਸਾਂਝ ਵਿਚਾਰਾਂ ਦੇ ਵਿੱਚ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਮਾਜ ਅਤੇ ਧਰਮ ਨਾਲ ਜੁੜੀਆਂ ਹੋਈਆਂ ਉਹ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਵੱਡਮੁੱਲਾ ਖੋਜ ਕਾਜ ਕਰਕੇ ਸਮਾਜ ਨੂੰ ਇੱਕ ਸੇਧ ਦੇਣ ਦਾ ਬੀੜਾ ਚੁੱਕਿਆ ਹੈ ਜਿਨ੍ਹਾਂ ਦੋਸਤੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਨ ਜਾ ਰਿਹਾ ਸਾਡੇ ਅਤੀ ਸਤਿਕਾਰਯੋਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਜੋਗਾ ਸਿੰਘ ਜੀ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਣ ਦਾ ਬੀੜਾ ਚੁੱਕਾ ਹੈ ਅਤੇ ਨਾਲ ਹੀ ਅੱਜ ਦੇ ਯੁੱਗ ਵਿੱਚ ਭਾਸ਼ਾ ਦੀ ਕੀਮਤਤਾ ਹੈ ਕਿਵੇਂ ਅੱਜ ਦੇ ਯੁੱਗ ਵਿੱਚ ਅੱਜ ਦੇ ਗਲੋਬਲ ਯੁੱਗ ਦੇ ਵਿੱਚ ਮਨੁੱਖ ਆਪਣੀ ਮਾਂ ਬੋਲੀ ਦੇ ਵਿੱਚ ਉਨਤੀ ਤਰੱਕੀ ਅਤੇ ਵਿਕਾਸ ਕਰ ਸਕਦਾ ਹੈ ਇਸ ਮਾਂ ਬੋਲੀ ਦੇ ਇਸ ਖਾਸ ਐਪੀਸੋਡ ਦੇ ਵਿੱਚ ਤੁਹਾਡੀ ਮੁਲਾਕਾਤ ਵੀ ਹੋਵੇਗੀ ਅਤੇ ਇੱਕ ਨਹੀਂ ਅਨੇਕਾਂ ਸਵਾਲ ਡਾਕਟਰ ਸਾਹਿਬ ਤੋਂ ਪੁੱਛੇ ਜਾਣਗੇ ਤਾਂ ਜੋ ਅਸੀਂ ਇੱਕ ਅچھے ਸਮਾਜ ਦੇ ਨਾਗਰਿਕ ਬਣ ਸਕੀਏ ਤੇ ਆਓ ਗੱਲਬਾਤ ਦਾ سلسلہ ਅਗੇ ਤੋਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਆਇਆਂ ਕਹਿੰਦੇ ਸਭ ਤੋਂ ਪਹਿਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੇਕਰ ਦੇਖਿਆ ਜਾਵੇ ਪੰਜਾਬੀ ਬੋਲੀ ਦੀ ਗੱਲ ਕੀਤੀ ਜਾਵੇ ਭਾਸ਼ਾ ਦੀ ਗੱਲ ਕੀਤੀ ਜਾਵੇ ਇਹ ਕਿਹਾ ਜਾ ਰਿਹਾ ਹੈ ਇਹਦੇ ਯੁੱਗ ਵਿੱਚ ਮਨੁੱਖਾਂ ਦੇ ਵੱਲੋਂ ਹੀ ਵਿਦਵਾਨਾਂ ਵੱਲੋਂ ਵੀ ਜੋ ਇਨਸਾਨ ਆਪਣੀ ਜ਼ੁਬਾਨ ਦੇ ਵਿੱਚ ਆਪਣੀ ਭਾਸ਼ਾ ਵਿੱਚ ਤਰੱਕੀ ਕਰ ਸਕਦਾ ਹੈ ਹੋਰ ਕਿਸੇ ਭਾਸ਼ਾ 'ਚ ਤਰੱਕੀ ਨਹੀਂ ਕਰ ਸਕਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਹਾਡਾ ਤੁਹਾਡੇ ਚੈਨਲ ਦਾ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ। ਔਰ ਜਿਵੇਂ ਤੁਸੀਂ ਗੱਲ ਸ਼ੁਰੂ ਹੀ ਠੀਕ ਕੀਤੀ ਹੈ ਕਿ ਮਾਮੂਲੀ ਤੋਂ ਬਗੈਰ ਕਿਸੇ ਤਰ੍ਹਾਂ ਦਾ ਵੀ ਵਿਕਾਸ ਚੰਗੀ ਤਰ੍ਹਾਂ ਸੰਭਵ ਨਹੀਂ। ਨਹੀਂ ਬਿਲਕੁਲ। ਉਹਦੀ وجہ ਕੀ ਹੈ ਜੇ ਆਪਾਂ ਸਰਲ ਜੀ ਗੱਲ ਇਹ ਲਈਏ ਕਿ ਬੱਚਾ ਪੈਦਾ ਹੁੰਦਾ ਹੈ ਇਹ ਆਪਣੇ ਮਾਂ ਪਿਓ ਨਾਲ ਗੱਲ ਕਰਦਾ ਹੈ ਆਲੇ ਦੁਆਲੇ ਨਾਲ ਜੁੜਦਾ ਹੈ ਜਾਂ ਜੋ ਵੀ ਉਹ ਜਾਣਕਾਰੀ ਹਾਸਲ ਕਰਦਾ ਹੈ ਜੋ ਵੀ ਉਹਦੇ ਦਿਮਾਗ ਦੇ ਵਿੱਚ ਗਿਆਨ ਜਾਣਾ ਹੈ ਉਹ ਸਾਰਾ ਪਾਸ਼ਾ ਦੇ ਰਹੇਗਾ ਪਰ ਮਾਂ ਬੋਲੀ ਉਹ ਆਪਣੇ ਆਲੇ ਦੁਆਲੇ ਚ ਸਹਿਜ ਰੂਪ ਚ ਆਪਣੇ ਆਪ ਸਿੱਖ ਲੈਂਦਾ ਹੈ ਇਸ ਕਰਕੇ ਜੋ ਵੀ ਉਹਨੂੰ ਗਿਆਨ ਜਾਂ ਜੋ ਜਾਣਕਾਰੀ ਅਸੀਂ ਉਹਦੀ ਆਪਣੀ ਮਾਂ ਬੋਲੀ ਚ ਦੇਵਾਂਗੇ ਜੀ ਬੱਚਾ ਉਹਨੂੰ ਬੜੀ ਛੇਤੀ ਗ੍ਰੈਂਡ ਕਰ ਲਏਗਾ ਜਿਵੇਂ ਕਿ 4 ਸਾਲ ਦਾ ਬੱਚਾ ਜਦੋਂ 4 ਜਾਂ ਉਸ ਤੋਂ ਪਹਿਲਾਂ ਉਹ ਤੇ ਜਾਣ ਲੱਗੇ ਨੇ ਬੱਚੇ ਸਕੂਲ ਜਾਂਦਾ ਹੈ ਤਾਂ ਜੇ ਅਸੀਂ ਉਹਨੂੰ ਸਕੂਲ ਦੇ ਵਿੱਚ ਉਹਨੂੰ ਜਾਣਕਾਰੀ ਦੇਣੀ ਹੈ ਪੜ੍ਹਾਈ ਕਰਾਉਣੀ ਹੈ ਸਿੱਖਿਆ ਦੇਣੀ ਹੈ ਤਾਂ ਜੇ ਉਹ ਪਹਿਲਾਂ ਹੀ ਜਿਹੜੀ ਭਾਸ਼ਾ ਜਾਣਦਾ ਹੈ ਉਹ ਸਿੱਖਿਆ ਆਪਾਂ ਨੂੰ ਉਸ ਭਾਸ਼ਾ 'ਚ ਦੇਵਾਂਗੇ ਤਾਂ ਬੱਚਾ ਬੜੀ ਜਲਦੀ ਗ੍ਰੈਂਡ ਕਰ ਲਏਗਾ ਜੇ ਆਪਾਂ ਕੋਈ ਐਸੀ ਭਾਸ਼ਾ ਦੇ ਵਿੱਚ ਉਹਨੂੰ ਸਿੱਖਿਆ ਦੇਵਾਂਗੇ ਜਿਹੜਾ ਉਹ ਸਮਝਦਾ ਵੀ ਨਹੀਂ ਤਾਂ ਬੱਚੇ ਨੂੰ ਹੋਰ ਬਹੁਤ ਲੰਬਾ ਸਮਾਂ ਲੱਗੇਗਾ ਮਾਂ ਬੋਲੀ ਤਾਂ ਬੱਚਾ 4 ਸਾਲ 'ਚ ਬਹੁਤ ਸਿੱਖ ਜਾਂਦਾ ਹੈ ਲੇਕਿਨ ਦੂਜੀ ਭਾਸ਼ਾ ਉਹਨੂੰ ਸਿੱਖਣ 'ਚ ਬਹੁਤ ਟਾਈਮ ਲੱਗਦਾ ਹੈ ਕਿਉਂਕਿ ਉਸ ਢੰਗ ਦੇ ਨਾਲ ਦੂਜੀ ਭਾਸ਼ਾ ਦਾ ਉਹਨੂੰ ਮਿਲਦਾ ਹੀ ਨਹੀਂ ਹੈ ਉਹ ਥੋੜੀ ਜਿਹੀ ਉਹਨੂੰ ਸਕੂਲ ਦੇ ਵਿੱਚ ਥੋ ਦਾ ਇਸ ਤਰ੍ਹਾਂ ਉਹਦੀ ਮਹਾਰਤ ਦੇ ਵਿੱਚ ਬਹੁਤ ਲੰਬਾ ਟਾਈਮ ਲੱਗਦਾ ਹੈ ਕਿ ਉਹ ਦੂਜੀ ਪਾਸ਼ਾ ਦੇ ਵਿੱਚ ਇੰਨੀ ਮਹਾਰਤ ਕਰ ਸਕੇ ਕਿ ਫਿਰ ਉਹ ਗਿਆਨ ਹਾਸਲ ਕਰ ਸਕੇ। ਤੋਂ ਇਸ ਕਰਕੇ मां बोली और 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 दूसरे पक्ष ने दा शिक्षा दा पक्ष हो गया जे इतिहास नाल, ਵਿਰਸੇ नाल, ਸਭਿਆਚਾਰ नाल ਜੁੜਨ ਦੀ ਸਵਾਲ ਹੈ। ਆਪਣੇ ਆਲੇ ਦੁਆਲੇ ਜੁੜਨ ਦਾ ਸਵਾਲ ਹੈ। ਤੁਸੀਂ ਗੁਵਾਨ ਹਾਸਲ ਕਰ ਵੀ ਲਿਆ, ਫਿਰ ਤੁਸੀਂ ਆਪਣੇ ਲੋਕਾਂ ਨੂੰ ਗਿਆਨ ਦੇਣਾ ਹੈ ਜਾਂ ਜੁੜਨਾ ਹੈ ਜਾਂ ਸਵਾਵਾ ਦੇਣੀਆਂ ਨੇ। ਜੇ ਤੁਸੀਂ ਉਹ ਆਪਣੇ ਲੋਕਾਂ ਦੀ ਪਛਾਣ ਹੀ ਨਹੀਂ ਜਾਣਦੇ, ਤਾਂ ਤੁਸੀਂ ਉਹਨਾਂ ਦੇ ਨਾਲ ਆਦਾਨ-ਪ੍ਰਦਾਨ ਹੀ ਸੰਭਵ ਨਹੀਂ ਹੈ। ਤੋ ਇਸ ਕਰਕੇ ਜੀਵਨ ਦੇ ਆਪਾ ਕਿਸੇ ਵੀ ਪੱਖ ਨੂੰ ਲੈ ਲਈਏ, ਤੋ ਮਾਂ ਬੋਲੀ ਤੋਂ ਬਿਗੈਰ ਵਿਕਾਸ ਜਿਹੜਾ ਸਬਬ ਨਹੀਂ ਹੈ। ਡਾਕਟਰ ਸਾਹਿਬ ਤੁਸੀਂ ਕਾਫੀ ਚਿਰ ਤੋਂ ਪਿਆਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਾਂ ਬੋਲੀ ਪ੍ਰਤੀ ਸੇਵਾ ਕਰ ਰਹੇ ਹੋ। ਦੇਸ਼ ਵਿਦੇਸ਼ਾਂ ਵਿੱਚ ਤੁਹਾਡੇ ਕਾਫੀ ਪੇਪਰ ਵੀ ਪ੍ਰਕਾਸ਼ਿਤ ਹੋ ਚੁੱਕੇ ਨੇ ਸੈਮੀਨਾਰਾਂ ਤੇ ਬਕਾਇਦਾ ਤੁਸੀਂ ਮਾਂ ਬੋਲੀ ਦਾ ਔਕਾ ਦੇ ਰਹੇ ਹੋ ਤੁਸੀਂ ਹੁਣੀ ਆਖਿਆ ਸੀ ਕਿ ਜਿਹੜਾ ਆਪਣੀ ਬੋਲੀ 'ਚ ਗੱਲ ਕਰੇਗਾ ਬੱਚਾ ਜ਼ਿਆਦਾ ਤਰੱਕੀ ਕਰਦਾ ਹੈ ਪਰੰਤੂ ਅਸੀਂ ਜੇਕਰ ਸ਼ਹਿਰਾਂ ਦੀ ਗੱਲ ਕਰੀਏ ਦੇਸ਼ਾਂ ਦੀ ਗੱਲ ਕਰੀਏ ਰਾਜਾਂ ਦੀ ਗੱਲ ਕਰੀਏ ਹਰ ਰਾਜ ਹਰ ਦੇਸ਼ ਆਪਣੀ ਬੋਲੀ ਨੂੰ ਪਰਫੂਲਕ ਕਰਨ ਵਾਸਤੇ ਬਹੁਤ ਕੁਝ ਕੀਤਾ ਜਾਂਦਾ ਹੈ ਪਰੰਤੂ ਪੰਜਾਬ ਦੇ ਵਿੱਚ ਇੱਕ ਨਹੀਂ ਅਨੇਕਾਂ ਭਾਸ਼ਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ ਉੱਥੇ ਮਾਂ ਬੋਲੀ ਕੀ ਸਥਾਨ ਰੱਖਦੀ ਹੈ ਬਹੁਤ ਵਧੀਆ ਸਵਾਲ ਹੈ ਤੁਹਾਡਾ ਵੇਖਿਆ ਤੇ ਜੈਤ ਸਾਰੇ ਹਿੰਦੁਸਤਾਨ ਦੀ ਹਾਲਤ ਹੀ ਲਗਭਗ ਪੰਜਾਬ ਵਰਗੀ ਹੈ ਕੀ ਕੀ ਹੋ ਰਿਹਾ ਪੰਜਾਬ ਦੇ ਵਿੱਚ ਜੇ ਅਸੀਂ ਸਭ ਤੋਂ ਮਹੱਤਵਪੂਰਨ ਖੇਤਰ ਪਾਸ਼ਾ ਲਈ ਸਮਾਜ ਲਈ ਆਰਥਿਕ ਵਿਕਾਸ ਲਈ ਬੱਚੇ ਦੇ ਵਿਕਾਸ ਲਈ ਜੇ ਸਭ ਤੋਂ ਕੋਈ ਮਹੱਤਵਪੂਰਨ ਖੇਤਰ ਅੱਜ ਦੇ ਯੁੱਗ ਵਿੱਚ ਸਮਝਾਇ ਤਾਂ ਉਹ ਸਿੱਖਿਆ ਦਾ ਖੇਤਰ ਹੈ ਕਿਉਂਕਿ ਜਿਹੜਾ ਦੇ ਸਿੱਖਿਆ ਚ ਨਹੀਂ ਕਾਮਯਾਬੀ ਹਾਸਲ ਕਰ ਸਕਦਾ ਉਹ ਸਾਇੰਸ ਵਿਗਿਆਨ ਤਕਨੀਕ ਕਿਸੇ ਖੇਤਰ ਚ ਵੀ ਕਾਮਯਾਬੀ ਹਾਸਲ ਨਹੀਂ ਕਰ ਸਕਦਾ ਤਾਂ ਸਿੱਖਿਆ ਦੇ ਖੇਤਰ ਚ ਅਸੀਂ ਕੀ ਕਰ ਰਹੇ ਹਾਂ ਸਾਡੇ ਕੋਲ ਦੋ ਤਰ੍ਹਾਂ ਦੀਆਂ ਧਰਾਵਾਂ ਚੱਲ ਰਹੀਆਂ ਨੇ ਇੱਕ ਸਾਡੇ ਕੋਲ ਮਾਮੂਲੀ ਮਾਧਿਮ ਸਕੂਲ ਨੇ ਜਿਹੜੇ ਸਰਕਾਰੀ ਸਕੂਲ ਨੇ ਜਾਂ ਕੁਝ ਪ੍ਰਾਈਵੇਟ ਸਕੂਲ ਵੀ ਨੇ ਦੂਜੇ ਸਾਡੇ ਕੋਲ ਜਿਹੜੇ ਨੇ ਅੰਗਰੇਜ਼ੀ ਮਾਧਿਅਮ ਸਕੂਲ ਨੇ ਔਰ ਜਿਹੜੀ ਸਾਡੀ ਸਾਇੰਸ ਵਿਗਿਆਨ ਦੀ ਸਿੱਖਿਆ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਉਹ ਹਮੇਸ਼ਾ ਹੀ ਅੰਗਰੇਜ਼ੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਦਿੱਤੀ ਜਾਂਦੀ ਰਹੀ ਹੈ ਹੁਣ ਸਵਾਲ ਇਹ ਆ ਕਿ ਇਹ ਕਿਉਂ ਹੋ ਰਿਹਾ ਹੈ ਇਹ ਇਸ ਲਈ ਹੋ ਰਿਹਾ ਹੈ ਇਹ ਦੋਵੇਂ ਗੱਲਾਂ ਤਾਂ ਠੀਕ ਨਹੀਂ ਹੋ ਸਕਦੀਆਂ ਵੀ ਪੰਜਾਬੀ ਮਾਧਿਅਮ ਵਿੱਚ ਵੀ ਪੜਾਇਆ ਜਾ ਰਿਹਾ ਅੰਗਰੇਜ਼ੀ ਵੀ ਦੋਹਾਂ ਚ ਇੱਕ ਹੀ ਠੀਕ ਹੋ ਸਕਦਾ ਹੈ ਇੱਕ ਹੀ ਠੀਕ ਹੋ ਸਕਦਾ ਹੈ ਹੁਣ ਸਵਾਲ ਇਹ ਆ ਕਿ ਇਹ ਕਿਵੇਂ ਪਤਾ ਲਾਇਆ ਜਾਏ ਕਿ ਇਹਨਾਂ ਦੋਹਾਂ ਚੋਂ ਠੀਕ ਗੱਲ ਕਿਹੜੀ ਹੈ ਕੀ ਅੰਗਰੇਜ਼ੀ ਚ ਪੜਾਉਣ ਨਾਲ ਵਿਗਿਆਨ ਦੀ ਤਰੱਕੀ ਹੋ ਸਕਦੀ ਹੈ ਜਾਂ ਬੱਚੇ ਦਾ ਸਿੱਖਿਆ ਦਾ ਵਿਕਾਸ ਬਿਹਤਰ ਹੋ ਸਕਦਾ ਹੈ ਜਾਂ ਪੰਜਾਬ ਆਪਣੀ ਮਾਂ ਬੋਲੀ ਜਾਂ ਪੰਜਾਬੀ ਚ ਪੜਾ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ ਉਹਦੇ ਚ ਪੜਾਉਣਾ ਹੋ ਸਕਦੀ ਹੈ ਤਾਂ ਜੇ ਇਸ ਧਵੰਦ ਚੋਂ ਨਿਕਲਣ ਵਾਸਤੇ ਇਸ ਜਿਹੜਾ ਉਲਝਣ ਚੋਂ ਨਿਕਲਣ ਵਾਸਤੇ ਇੱਕ ਸੌਖਾ ਤਰੀਕਾ ਆਇਆ ਕਿਸੀ ਜੋ ਦੁਨੀਆ ਦੇ ਵਿੱਚ ਵਿਹਾਰ ਹੋ ਰਿਹਾ ਹੈ ਜਾਂ ਜੋ ਦੁਨੀਆ ਦੇ ਵਿੱਚ ਖੋਜਾਂ ਹੋਈਆਂ ਨੇ ਇਸ ਮਾਮਲੇ ਦੇ ਉੱਤੇ ਉਹਨਾਂ ਦੇ ਨਤੀਜੇ ਕੀ ਨੇ ਬਿਲਕੁਲ ਉਹਨਾਂ ਤੋਂ ਅਸੀਂ ਫਿਰ ਹਸਾਬ ਲਾ ਸਕਦੇ ਹਾਂ ਵੀ ਦੋਵਾਂ ਚੋਂ ਸਹੀ ਲੈ ਸਕਦੇ ਹਾਂ ਵੀ ਉਹ ਠੀਕ ਹੀ ਹੈ ਇਹਨਾਂ ਦੋਹਾਂ ਠੀਕ ਹੀ ਹੈ ਹੁਣ ਜੇ ਅਸੀਂ ਇਸ ਗੱਲ ਵੱਲ ਵੇਖੀਏ ਤੇ ਬਾ ਜਿੱਥੇ ਵੀ ਖੋਜ ਹੋਈ ਹੈ ਜਾਂ ਜਿਹੜੇ ਵੀ ਕਾਮਯਾਬ ਮੁਲਕ ਨੇ ਸਿੱਖਿਆ ਦੇ ਵਿੱਚ ਵਿਗਿਆਨ ਦੇ ਤਕਨੀਕ ਦੇ ਵਿੱਚ ਖੋਜ ਵੀ ਇਹ ਦੱਸਦੀ ਹੈ ਕਿ ਜਿਹੜਾ ਬੱਚਾ ਮਾਂ ਬੋਲੀ ਵਿੱਚ ਹੀ ਕਾਮਯਾਬੀ ਨਾਲ ਸਿੱਖਿਆ ਦਿੱਤੀ ਜਾ ਸਕਦੀ ਹੈ ਦੋਜੀ ਪਾਸ਼ਾ ਚ ਨਹੀਂ ਦਿੱਤੇ ਜਾ ਸਕਦੇ ਔਰ ਜਿਹੜੇ ਦੇਸ਼ਾਂ ਨੇ ਵਿਕਾਸ ਦੇ ਵਿੱਚ ਤਰੱਕੀ ਕੀਤੀ ਹੈ ਸਿੱਖਿਆ ਦੇ ਵਿੱਚ ਆਰਥਿਕਤਾ ਦੇ ਵਿੱਚ ਹਰ ਤਰ੍ਹਾਂ ਦੇ ਵਿਕਾਸ ਵਿੱਚ ਉਹਨਾਂ ਵੀ ਆਪਣੀ ਮਾਂ ਬੋਲੀ ਨਾਲ ਹੀ ਕੀਤੀ ਹੈ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਏਗੀ ਕਿ ਪਿਛਲੇ 10 ਸਾਲ ਤੋਂ ਦੁਨੀਆ ਦੇ ਵਿੱਚ ਜਿਹੜੇ ਸਿਖਰ ਦੇ 10 ਦੇਸ਼ ਨੇ ਸਕੂਲ ਪੱਧਰ ਤੇ ਵਿਗਿਆਨ ਦੀ ਪੜਾਈ ਵਿੱਚ ਉਹਨਾਂ ਚੋਂ ਇੱਕ ਅਦਾਈ ਦੇਸ਼ ਹੈ ਜਿਹੜਾ ਅੰਗਰੇਜ਼ੀ ਚ ਪੜਾਉਂਦਾ ਹੈ ਉਹ ਵੀ ਉਹਦੇ ਇਸ ਨੇ ਅੰਗਰੇਜ਼ੀ ਜਿਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਹੈ ਉਹਨਾਂ ਲਈ ਤਾਂ ਅੰਗਰੇਜ਼ੀ ਹੀ ਮਾਂ ਬੋਲੀ ਹੈ ਇਹ ਡਾਕਟਰ ਜੀ ਤੁਹਾਨੂੰ ਮੈਂ ਥੋੜੇ ਥੇ ਰੁਕਣਾ ਚਾਹਾਂਗਾ ਤੁਸੀਂ ਅੰਗਰੇਜ਼ੀ ਦੀ ਗੱਲ ਕੀਤੀ ਹੈ ਪਰੰਤੂ ਜੇਕਰ ਆਪਾਂ ਪੰਜਾਬ ਦੇ ਖਿੱਤੇ ਦੀ ਗੱਲ ਕਰੀਏ ਅੱਜ ਦੇ ਪੰਜਾਬ ਦੇ ਖਿੱਤੇ ਦੇ ਨੁਮਾਇੰਦੇ ਨੇ ਵਚਿੰਦੇ ਨੇ ਲੋਕ ਨੇ ਉਹ ਵੀ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ 'ਚ ਪੜਾਉਣਾ ਚਾਹੁੰਦੇ ਨੇ ਬੱਚਿਆਂ ਨੂੰ ਜਿਨ੍ਹਾਂ ਸਕੂਲਾਂ 'ਚ ਅੰਗਰੇਜ਼ੀ ਹੈ ਅੰਗਰੇਜ਼ੀ ਨੂੰ ਪਰਫੁੱਲਤ ਕੀਤਾ ਜਾ ਰਿਹਾ ਹੈ ਉੱਥੇ ਇਹ ਨਹੀਂ ਸੋਚਿਆ ਜਾ ਰਿਹਾ ਕਿ ਸਾਡਾ ਬੱਚਾ ਮਾਂ ਬੋਲੀ ਤੇ ਟੁੱਟ ਕੇ ਅੰਗਰੇਜ਼ੀ 'ਚ ਕਿਵੇਂ ਤਰੱਕੀ ਕਰੇਗਾ ਇਹਦੇ ਬਾਰੇ ਤੁਸੀਂ ਕੀ ਕ ਜਿਵੇਂ ਮੈਂ ਕੱਲ ਕਹਿ ਗਿਆ ਇੱਕ ਤਰ੍ਹਾਂ ਭਰਮ ਨੇ ਔਰ ਇਸ ਇੰਨਾ ਪਰਭਾਂ ਚ ਕਿਵੇਂ ਨਿਕਲਿਆ ਜੇ ਠੀਕ ਨਹੀਂ ਇਹ ਗਲਤ ਨਹੀਂ ਉਹਦਾ ਇੱਕ ਤਰੀਕਾ ਹੀ ਹੈ ਕਿ ਜਿਵੇਂ ਆਪਾਂ ਗੱਲ ਕਰ ਰਹੇ ਆਂ ਕਿ ਵੇਖੀਏ ਕਿ ਕਿਹੜੇ ਦੇਸ਼ ਸਿੱਖਿਆ ਦੇ ਵਿੱਚ ਤਰੱਕੀ ਕਰ ਰਹੇ ਨੇ ਸਿੱਖਿਆ ਦੇ ਵਿੱਚ ਕਿਹੜੇ ਦੇਸ਼ ਗਏ ਨੇ ਜੇ ਆਪਾਂ ਸਕੂਲ ਪੱਧਰ ਦੀ ਗੱਲ ਕਰੀਏ ਤਾਂ ਪਿਛਲੇ 10 ਸਾਲ ਤੋਂ ਇੱਕ ਸੰਸਥਾ ਆ ਪੀਸਾ ਨੂੰ ਕਹਿੰਦੇ ਨੇ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ ਹਰ 3 ਸਾਲ ਬਾਅਦ ਉਹ ਦੁਨੀਆ ਦੇ ਸਕੂਲਾਂ ਦਾ ਨਿਰੇਖਣ ਕਰਦੇ ਨੇ ਕਿ ਕਿਹੜੇ ਦੇਸ਼ ਦੇ ਵਿੱਚ ਵਿਗਿਆਨ ਦੀ ਪੜਾਈ ਅੱਛੀ ਹੋ ਰਹੀ ਹੈ ਫਿਜ਼ਿਕਸ ਕੈਮਿਸਟਰੀ ਤੇ ਮੈਥਮੈਟਿਕਸ ਭੌਤਿਕ ਵਿਗਿਆਨ ਰਸਾਇਣ ਵਿਗਿਆਨ ਤੇ ਗਣਿਤ ਤੇ ਨਾਲ ਜਿਹੜੀ ਰੀਡਿੰਗ ਤੋਂ 3 ਸਾਲ ਬਾਅਦ ਇਹ ਹਰ ਵਾਰ ਇਨਰੇਖਣ ਹੁੰਦਾ ਹੈ ਔਰ ਪਿਛਲੇ 10 ਸਾਲ ਲਗਭਗ 12 ਸਾਲ ਚਾਰ ਵਾਰ ਇਹ ਨਰੇਖਣ ਹੋ ਚੁੱਕਾ ਹੈ ਹਰ ਵਾਰ ਇਹ ਨਤੀਜਾ ਸਾਹਮਣੇ ਆਉਂਦਾ ਹੈ ਕਿ ਜਿਹੜੇ ਸਿਖਰ ਦੇ 10 ਦੇਸ਼ ਨੇ ਸਿਖਰ ਦੇ 10 ਦੇਸ਼ਾਂ ਦੇ ਵਿੱਚੋਂ ਇੱਕ ਅਦਾ ਦੇਸ਼ ਹੈ ਜਿਹੜਾ ਅੰਗਰੇਜ਼ੀ ਚ ਪੜਾਉਂਦਾ ਹੈ ਬਾਕੀ ਸਾਰੇ ਦੇਸ਼ ਦੇ ਜਿਹੜੇ ਅੰਗਰੇਜ਼ੀ ਨਹੀਂ ਪੜਾਉਂਦੇ ਆਪਣੀਆਂ ਮਾਂ ਬੋਲੀਆਂ ਚ ਪੜਾ ਰਹੇ ਨੇ ਇਹ ਦੇਸ਼ ਨੇ ਚੀਨ ਹੈ ਜਾਪਾਨ ਹੈ ਹਾਂਗਕਾਂਗ ਹੈ ਉਸ ਦੇ ਮੁਕਾਬਲੇ ਜੇ ਅਸੀਂ ਆਪਣੇ ਦੇਸ਼ ਨੂੰ ਵੇਖ ਲਈਏ ਕਿ ਅਸੀਂ ਜਿਹੜੇ ਨਹੀਂ ਆਪਣੀ ਮਾਂ ਬੋਲੀ ਚ ਪੜਾ ਰਹੇ ਸਾਡੇ ਜਿਹੜੀ ਮਾਂ ਬੋਲੀ ਦੇ ਸਕੂਲ ਨੇ ਉਹਨਾਂ ਚੋਂ ਜ ਪੜਾਈ ਚੰਗੀ ਨਹੀਂ ਹੈ ਔਰ ਜਿੱਥੇ ਥੋੜੀ ਪੜਾਈ ਹੁੰਦੀ ਹੈ ਉਹ ਸਾਡੇ ਮਾਂ ਬੋਲੀ ਮਾਧਮ ਨਹੀਂ ਹੈ ਤਾਂ ਸਾਡੀ ਸਥਿਤੀ ਕੀ ਇਹ ਵੇਖਣ ਦੀ ਲੋੜ ਹੈ ਕੁਝ ਸਾਲ ਪਹਿਲਾਂ ਜਹਿੰਦੁਸਤਾਨ ਦੇ ਸਕੂਲਾਂ ਦਾ ਵੀ ਪੀਸਾ ਵਾਲਿਆਂ ਨੇ ਨਿਰੇਖਣ ਕੀਤਾ 74 ਦੇਸਾਂ ਵਿੱਚੋਂ ਸਾਡਾ ਨੰਬਰ 73 ਆਇਆ ਸੀ ਉਸ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਨੂੰ ਇੱਥੇ ਪਰਤਾਲੀ ਨਹੀਂ ਕਰ ਦਿੱਤੇ ਇਹ ਕਹਿ ਕੇ ਵੀ ਸਾਡੀ ਅਸ ਨਾਲ ਬਦਨਾਮੀ ਹੁੰਦੀ ਹੈ ਸਵਾਲ ਤੇ ਆਪਾਂ ਬਦਨਾਮੀ ਸਾਡੀ ਇੱਜ਼ਤ ਤਾਂ ਮੰਨੋਗੇ ਜੇ ਆਪ ਆਪਣੇ ਸਿੱਖਿਆ ਚੰਗੀ ਕਰਾਂਗੇ ਐਂ ਜਿੱਥੇ ਦੁਨੀਆ ਤੱਕ ਅਜੇ ਤੱਕ ਇਹ ਲੁਕਾ ਕੇ ਤੇ ਨਹੀਂ ਕੁਝ ਰੱਖ ਸਕਦੇ ਸੋ ਇਹ ਨਤੀਜਾ ਸਾਡਾ ਸਕੂਲ ਪੱਧਰ ਦਾ ਸਾਹਮਣੇ ਹੈ ਜੇ ਆਪਾਂ ਯੂਨੀਵਰਸਿਟੀ ਪੱਧਰ ਤੇ ਉੱਚ ਸਿੱਖਿਆ ਚਲੇ ਜਾਈਏ ਉੱਚ ਸਿੱਖਿਆ ਦੇ ਵਿੱਚ ਵੀ ਜੇ ਆਪ ਅਸ਼ੀਆ ਦੀ ਗੱਲ ਕਰੀਏ ਤਾਂ ਅਸ਼ੀਆ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਪਈ ਪਹਿਲੀਆਂ 50 ਯੂਨੀਵਰਸਿਟੀਆਂ ਦੇ ਵਿੱਚ ਹਿੰਦੁਸਤਾਨ ਦੀ ਇੱਕ ਵੀ ਯੂਨੀਵਰਸਿਟੀ ਨਹੀਂ ਸੀ ਆਉਂਦੀ ਅ ਪਿਛਲੇ ਸਾਲ ਹੁਣ ਪੰਜਾਬ ਯੂਨੀਵਰਸਿਟੀ ਦਾ 38 ਨੰਬਰ ਆਇਆ ਤੋ ਸਾਰਾ ਏਸ਼ੀਆ ਆਪ ਆਪਣੀਆਂ ਮਾਂ ਬੋਲੀਆਂ 'ਚ ਪੜਾ ਰਿਹਾ ਹੈ ਚਾਹੋ ਜਾਪਾਨ ਹੋਵੇ ਚਾਹੋ ਚੀਨ ਹੋਵੇ ਚਾਹੋ ਹਾਂਗਕਾਂਗ ਹੋਵੇ ਚਾਹੋ ਕੋਰੀਆ ਹੋਵੇ ਚਾਹੋ ਤਾਈਵਾਨ ਹੋਵੇ ਤੋ ਸਾਰੇ ਆਪਣੀਆਂ ਮਾਂ ਬੋਲੀਆਂ 'ਚ ਪੜਾ ਰਹੇ ਨੇ ਉਹ ਸਿੱਖਿਆ ਜਿਸ ਉਹਨਾਂ ਦੀ ਯੂਨੀਵਰਸਿਟੀ 'ਸਾਥੋ ਅਗੇ ਨੇ ਉਹਨਾਂ ਦਾ ਦਰਜਾ ਸਾਥੋ ਕਿਦਰੇ ਉੱਚਾ ਤੋ ਇਸ ਗੱਲ 'ਚ ਤੋ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਜਦੋਂ ਜਿਵੇਂ ਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੈ ਜਿਹੜੀ ਗੱਲ ਵਿਹਾਰ ਦੇ ਵਿੱਚ ਸਾਬਤ ਹੋ ਚੁੱਕੀ ਹੈ ਕਿ ਜਿਹੜੇ ਦੇਸ਼ ਮਾਂ ਬੋਲੀ 'ਚ ਪੜਾ ਰਹੇ ਨੇ ਉਹਨਾਂ ਦੀ ਸਕੂਲ ਦੀ ਸਿੱਖਿਆ ਵੀ ਉਹਨਾਂ ਦੇਸ਼ਾਂ ਨਾਲੋਂ ਬਿਹਤਰ ਜਿਹੜੇ ਮਾਂ ਬੋ ਆਇਆ ਕਾਲਜ ਪੱਦਰ ਦੀ ਯੂਨੀਵਰਸਿਟੀ ਪੱਦਰ ਦੀ ਉਹਦੇ ਚ ਵੀ ਅਸੀਂ ਸਿੱਖਿਆ ਚੱਗੇ ਨੇ ਉਹਨਾਂ ਦੇ ਜਿਵੇਂ ਤੁਸੀਂ ਆਖਿਆ ਨਤੀਜਾ ਸਾਡੇ ਸਾਹਮਣੇ ਆ ਚੁੱਕਾ ਹੈ ਜਿਹੜੇ ਦੇਸ਼ ਜਿਹੜੇ ਰਾਜ ਆਪਣੀ ਬੋਲੀ ਚ ਗੱਲ ਕਰ ਰਹੇ ਨੇ ਬੋਲੀ ਨੂੰ ਪਰਫੁੱਲਤ ਕਰ ਰਹੇ ਨੇ ਉਹ ਵਿਕਾਸ ਵੱਲ ਜਾ ਰਹੇ ਨੇ ਪਰੰਤੂ ਫਿਰ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਆਪਣੇ ਨਤੀਜਿਆਂ ਦੇ ਵੱਲ ਝਾਤ ਮਾਰਦੇ ਆ ਜਬ ਭਾਰਤ ਦੀ ਗੱਲ ਕਰੀਏ ਜਬ ਪੰਜਾਬ ਦੀ ਗੱਲ ਕਰੀਏ ਇੱਥੇ ਮਾਂ ਬੋਲੀ ਦਾ ਕੀ ਸਥਾਨ ਹੈ ਪੰਜਾਬ ਰਾਜ ਦੀ ਗੱਲ ਕਰਾਂ ਮੈਂ ਇਹ ਜਾਣਕਾਰੀ ਦੀ ਕਾਰ ਤਸਿਲ ਦੇ ਵਿੱਚ ਜਿਵੇਂ ਆਪਣਾ ਵੇਖਦੇ ਆ ਕਿ ਦਿਨ ਪ੍ਰਤੀ ਦਿਨ ਬਲਕੇ ਪ੍ਰਚਲਨ ਅੰਗਰੇਜ਼ੀ ਸਕੂਲਾਂ ਦਾ ਵਧ ਰਿਹਾ ਹੈ ਔਰ ਹੁਣ ਉਹਨ ਲੱਗੇ ਨੇ ਇਹ 90 ਤੋਂ ਜ਼ਿਆਦਾ ਪ੍ਰਚਲਨ ਅੰਗਰੇਜ਼ੀ ਮਾਧਿਅਮ ਸਕੂਲਾਂ ਦਾ ਹੋਇਆ ਔਰ ਉਸ ਤੋਂ ਬਾਅਦ ਹੁਣ ਨਤੀਜੇ সামনে ਆਉਣ ਲੱਗੇ ਨੇ ਹੁਣ ਤੁਹਾਡਾ ਲੋਕ ਇਸ ਗੱਲ ਨੂੰ ਸਵੀਕਾਰ ਵੀ ਕਰਨ ਲੱਗੇ ਨੇ ਵੀ ਇਹ ਅੰਗਰੇਜ਼ੀ ਮਾਧਿਅਮ ਦੇ ਨਾਲ ਨਾ ਤੇ ਕੋਈ ਪੜਾਈ ਦਾ ਪੱਧਰ ਪਹਿਲਾਂ ਨਾਲੋਂ ਉੱਚਾ ਹੋਇਆ ਔਰ ਨਾ ਹੀ ਲੋਕਾਂ ਨੂੰ ਕੋਈ ਬਹੁਤੀ ਅੰਗਰੇਜ਼ੀ ਚੰਗੀ ਆਉਣ ਲੱਗੀ ਹੈ ਵਿਸ਼ ਕਰਕੇ ਇਹ ਸਾਰੇ ਪਰਮ ਨੇ ਇਸੇ ਕਰਕੇ ਮੈਂ ਇਸ ਗੱਲ ਨੂੰ ਲੈ ਕੇ ਤੁਰਿਆ ਹੋਇਆ ਹਾਂ ਕਿ ਜੋ ਸਾਰੀ ਦੁਨੀਆ ਦੀ ਖੋਜ ਹੈ ਸਾਰੇ ਦਸਾਂ ਦਾ ਵਿਹਾਰ ਹੈ ਜਿੰਨਾਂ ਦਸਾਂ ਤਰੱਕੀ ਕੀਤੀ ਹੈ ਉਹ ਅੰਕੜੇ ਔਰ ਤੱਥ ਲੋਕਾਂ ਦੇ ਸਾਹਮਣੇ ਲਿਆਂਦੇ ਜਾਂ ਤਾਂ ਕਿ ਅਸੀਂ ਸਹੀ ਨਿਰਣਾ ਕਰ ਸਕੀਏ ਕਿਉਂਕਿ ਮੇਰੇ ਕਹਿਣ ਨਾਲ ਕੋਈ ਠੀਕ ਜਾਂ ਗਲਤ ਨਹੀਂ ਹੋ ਜਾਂਦਾ ਜਾਂ ਕਿਸੇ ਹੋਰ ਦੇ ਕਹਿਣ ਨਾਲ ਠੀਕ ਗਲਤ ਨਹੀਂ ਹੋ ਜਾਂਦਾ ਠੀਕ ਗਲਤ ਅਸੀਂ ਨਤੀਜਿਆਂ ਤੋਂ ਸਬੂਤਾਂ ਤੋਂ ਤੱਥਾਂ ਤੋਂ ਅੰਕੜਿਆਂ ਤੋਂ ਖੋਜ ਤੋਂ ਬੰਨੇ ਆ ਤਾਂ ਇਸ ਕਰਕੇ ਜਿਹੜੀ ਜਾਣਕਾਰੀ ਦੀ ਘਾਟ ਹੈ ਸਾਡੇ ਬਹੁਤ ਜ਼ਿਆਦਾ ਪਰਮ ਨੇ ਸਾਡੇ ਨਰਮੂਲ ਪਰਮ ਨੇ ਐਵੇਂ ਪਰਮ ਬਣਾਏ ਹੋਏ ਨੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਤੇ ਇਸ ਕਰਕੇ ਜੇ ਅਸੀਂ ਸਿੱਖਿਆ ਦੇ ਵਿੱਚ ਤਰੱਕੀ ਕਰਨੀ ਚਾਹੁੰਦੇ ਆ ਗਿਆਨ ਵਿਗਿਆਨ ਚ ਤਰੱਕੀ ਕਰਨੇ ਕਰਨੇ ਆਰਥਿਕ ਵਿਕਾਸ ਤਰੱਕੀ ਕਰਨਾ ਚਾਹੁੰਦੇ ਆ ਤਾਂ ਸਾਨੂੰ ਆਪਣੀਆਂ ਮਾਂ ਬੋਲੀਆਂ ਨੂੰ ਆਪਣੀ ਸਿੱਖਿਆ ਦਾ ਆਧਾਰ ਬਣਾਉਣਾ ਪਏਗਾ ਰਸ ਤੋਂ ਇਥੇ ਆਧਾਰ ਦੀ ਗੱਲ ਕੀਤੀ ਹੈ ਮਾਂ ਬੋਲੀ ਨੂੰ ਆਧਾਰ ਬਣਾਉਣਾ ਪਵੇਗਾ ਪਰੰਤੂ ਜਦੋਂ ਅਸੀਂ ਵਿਗਿਆਨ ਦੀ ਗੱਲ ਕਰਦੇ ਹਾਂ ਗਣਿਤ ਦੀ ਗੱਲ ਕਰਦੇ ਹਾਂ ਕੁਝ ਇਹੋ ਜਿਹੇ ਸਬਜੈਕਟ ਨੇ ਜਿਹੜੇ ਕਿ ਮਾਂ ਬੋਲੀ ਚ ਨਹੀਂ ਪੜ੍ਹਾਏ ਜਾਂਦੇ ਜਿਵੇਂ ਕਿ ਆਪਾਂ ਸਾਇੰਸ ਨੂੰ ਪੰਜਾਬੀ ਚ ਕਿਵੇਂ ਕਨਵਰਟ ਕਰਾਂਗੇ ਉਹ ਇੰਗਲਿਸ਼ ਭਾਸ਼ਾ ਵੀ ਸਾਡੇ ਸਾਹਮਣੇ ਹੈ ਕਾਫੀ ਚਿਰ ਤੋਂ ਇੰਗਲਿਸ਼ ਭਾਸ਼ਾ ਦੇ ਵਿੱਚ ਹੀ ਵਿਗਿਆਨ ਪੜਾਇਆ ਜਾ ਰਿਹਾ ਹੈ ਕੀ ਉਹ ਸਮੱਗਰੀ ਉਪਲਬਧ ਹੈ ਇਸ ਸਮੇਂ ਮਾਂ ਬੋਲੀ ਚ ਇਹ ਤੁਹਾਡਾ ਸਵਾਲ ਬਹੁਤ ਚੰਗਾ ਸਵਾਲ ਹੈ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਸਾਡੇ ਰਾਹ ਦੇ ਵਿੱਚ ਰੁਕਾਵਟ ਬਣਿਆ ਹੋਇਆ ਹੈ ਕਿਆ ਅਸੀਂ ਵਿਗਿਆਨ ਨੂੰ ਤਕਨੀਕ ਦੀ ਜਿਹੜੀ ਉੱਚ ਸਿੱਖਿਆ ਹੈ ਕਿਵੇਂ ਪੰਜਾਬੀ ਤੋਂ ਦੇ ਸਕਾਂਗੇ ਫਿਰ ਸਾਡੇ ਪਰਮ ਨੇ ਜੇ ਆਪਾਂ ਵੇਖੀਏ 1980 ਤੱਕ ਤੇ ਸਾਰੇ ਪੰਜਾਬ ਦੇ ਵਿੱਚ ਦੋ ਚਾਰ ਸਕੂਲਾਂ ਨੂੰ ਛੱਡ ਕੇ ਜਿਹੜੀ ਸਾਰੀ ਪੜਾਈ ਸਾਡੀ ਪੰਜਾਬੀ ਮਾਧਿਅਮ ਚ ਹੁੰਦੀ ਸੀ ਤੋਂ ਅੱਸੀ ਤੋਂ ਬਾਅਦ ਕੋਈ ਵਿਗਿਆਨ ਇੱਕਦਮ ਇੰਨੀ ਤਰੱਕੀ ਤੇ ਨਹੀਂ ਕਰ ਗਿਆ ਕੋਈ ਨਵਾਂ ਇੰਨਾ ਜ਼ਿਆਦਾ ਕੁਝ ਆ ਗਿਆ ਕਿ ਪਿਛਲਾ ਹੁਣ ਅਸੀਂ ਪੜਾਉਣਾ ਹੀ ਨਹੀਂ ਹੈ 80 ਤੱਕ ਸਾਰੀ ਪੜਾਈ ਆਪਾਂ ਹੁਣ ਵੀ ਪੰਜਾਬੀ ਪੰਜਾਬੀ ਮਾਧਿਅਮ ਵਿੱਚ ਸਾਇੰਸ ਦੀ ਵੀ ਕਰਾ ਰਹੇ ਸੀ ਔਰ ਹੁਣ ਵੀ ਜਿਹੜੇ ਪੰਜਾਬੀ ਮਾਧਿਅਮ ਸਕੂਲ ਨੇ ਉਹਨਾਂ ਦੇ ਵਿੱਚ ਅਸੀਂ ਪੰਜਾਬੀ ਦੇ ਵਿੱਚ ਪੜਾਈ ਕਰਾ ਰਹੇ ਹਾਂ ਦਾ ਇਹ ਮਤਲਬ ਹੈ ਕਿ ਦਸਵੀਂ ਤੱਕ ਤੇ ਸਾਨੂੰ ਸਕੂਲ ਪੱਧਰ ਤੇ ਕੋਈ ਸਵੱਸਿਆ ਹੀ ਨਹੀਂ ਹੈ ਜੇਸੀ ਉੱਚ ਸਿੱਖਿਆ ਦੇ ਜਾਣਾ ਹੋਵੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਸਾਰੀ ਦੁਨੀਆ ਦੀਆਂ ਭਾਸ਼ਾਵਾਂ ਦੀ ਸ਼ਬਦਾਵਲੀ ਚ ਕੋਈ ਫਰਕ ਨਹੀਂ ਹੈ ਇਹ ਸਾਡਾ ਇੱਕ ਵਹਿਮ ਹੈ ਕਿ ਪੰਜਾਬੀ ਭਾਸ਼ਾ ਦੇ ਕੋਈ ਸ਼ਬਦਾਵਲੀ ਨਹੀਂ ਹੈ ਅੰਗਰੇਜ਼ੀ ਕੋਲ ਹੈ ਸਾਇੰਸ ਦੀ ਪੜ੍ਹਾਈ ਲਈ ਮੈਂ ਤੁਹਾਨੂੰ ਕੋਈ ਦੋ ਚਾਰ ਸ਼ਬਦ ਦੇ ਕੇ ਗੱਲ ਜਿਹੜੀ ਹੈ ਸਪਸ਼ਟ ਕਰਨੀ ਚਾਹਾਂਗਾ ਇਹ ਸ਼ਬਦ ਜਿਹੜੇ ਨੇ ਇਹ ਵਿਗਿਆਨ ਦੇ ਆਪਣੇ ਡਾਕਟਰੀ ਦੇ ਖੇਤਰ ਦੇ ਸ਼ਬਦ ਨੇ ਹੈ ਹੈਮਾਸਾਈਟ ਹੈਮਾਗੋਗ ਹੈਮਲ ਹੈਮਲੋਪੀਆ ਹੈਮਾਂਜੀਓਮਾ ਹੈਮਾਰਥਰੋਸਿਸ ਇਹ ਸਾਰੇ 19 ਸ਼ਬਦ ਨੇ ਜਿਹੜੇ ਕਿ ਇਹ ਹੈਮ ਤੋਂ ਬੰਦੇ ਨੇ ਜੀ ਹੁਣ ਇਹ ਵੇਖਣ ਨੂੰ ਤੇ ਇੰਜ ਲੱਗਦਾ ਕਿ ਸਾਡੇ ਕੋਲੇ ਇਹਨਾਂ ਵਾਸਤੇ ਕੋਈ ਪੰਜਾਬੀ ਸ਼ਬਦ ਹੈ ਨਹੀਂ ਪਰ ਜੇ ਇਹਨਾਂ ਨੂੰ ਅਸੀਂ ਥੋੜਾ ਜਿਹਾ ਸਮਝ ਲਈਏ ਤੇ ਸਾਨੂੰ ਤੇ ਲੱਗ ਗਿਆ ਕਿ ਸਾਡੇ ਕੋਲੇ ਪਹਿਲੇ ਸ਼ਬਦ ਹੈਮ ਦਾ ਮਤਲਬ ਰੱਤ ਹੈ ਖੂਨ ਹੈ ਲਹੂ ਹੈ ਔਰ ਬਾਕੀ ਸਾਰੇ ਸ਼ਬਜੜ ਨੇ ਹੈਮ ਤੋਂ ਬਣੇ ਨੇ ਜਿਵੇਂ ਹੈਮੋਸਾਈਟ ਹੈ ਹੈਮ ਹੈਮ ਦਾ ਮਤਲਬ ਖੂਨ ਹੈ ਔਰ ਸਾਈਟ ਦਾ ਮਤਲਬ ਕੋਸ਼ਿਕਾ ਹੈ ਤੇ ਸਾਡੇ ਕੋਲ ਕੋਸ਼ਿਕਾ ਵੀ ਹੈ ਖੂਨ ਵੀ ਹੈ ਤੇ ਜੇ ਇਹਨੂੰ ਹੈਮੋਸਾਈਟ ਨੂੰ ਅਸੀਂ ਰੱਤ ਕੋਸ਼ਿਕਾ ਕਹਿ ਦਾਂਗੇ ਠੀਕ ਹੈ ਜੀ ਤੇ ਚੱਟ ਸਮਝ ਸਾਨੂੰ ਸਮਝ ਵੀ ਛੇਤੀ ਆ ਜਾਏਗਾ ਸੋ ਸਾਰੀ ਦੁਨੀਆ ਦੀ ਸ਼ਬਦਾਵਲੀ ਕਿਸੇ ਵੀ ਪਾਸ਼ਾ ਦੀ ਜਿਹੜੀ ਉਹ ਇਸ ਤਰ੍ਹਾਂ ਮੂਲ ਤਤਾਂ ਤੋਂ ਬਣੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਪਾਸ਼ਾ ਵਿਗਿਆਨੀਆਂ ਦੀ ਸ਼ਬਦਾਵਲੀ ਦੇ ਵਿੱਚ ਤਾਤੂ ਤੇ ਅਗੇਤਰ ਪਛੇਤਰ ਕਹਿੰਦੇ ਆ ਜੀ ਬਹੁਤ ਇਹ ਤਾਂ ਤੋਤੇ ਗੇਤਰ ਤਤਵਾ ਦਾ ਜੋ ਕੋਈ ਦੁਨੀਆਂ ਦੇ ਪਿਸ਼ਾਵਾਂ ਦਾ ਕੋਈ ਫਰਕ ਨਹੀਂ ਹੈ ਬਤਾ ਸਾਰੀਆਂ ਦੁਨੀਆਂ ਦੇ ਪਿਸ਼ਾਵਾਂ ਦੇ ਵਿੱਚ ਤਾਂ ਤੋਤੇ ਇੱਕੋ ਨੇ ਜਿਹੜੀ ਬਾਕੀ ਸ਼ਬਦਾਵਲੀ ਬਣੀ ਹੈ ਉਹ ਉਹਨਾਂ ਤੱਤਾਂ ਤੋਂ ਹੀ ਅੱਗੇ ਬਣੀ ਹੋਈ ਹੈ। ਹਰ ਇੱਕ ਭਾਸ਼ਾ ਦੇ ਵਿੱਚ ਇਹ ਸਵਰਥ ਹੈ ਕਿ ਉਹਨਾਂ ਤੱਤਾਂ ਤੋਂ ਅੱਗੇ ਜਿੰਨੀ ਚਾਏ ਸ਼ਬਦਾਵਲੀ ਵਧਾਈ ਜਾ ਸਕੇ ਔਰ ਕਈ ਹਜ਼ਾਰ ਸਾਲ ਤੋਂ ਕਿਸੇ ਭਾਸ਼ਾ 'ਚ ਕੋਈ ਨਵਾਂ ਤੱਤ ਪੈਦਾ ਨਹੀਂ ਹੋਇਆ। ਇਹ ਸਿਰਫ ਇਹ ਹੈ ਕਿ ਇਹ ਤੇ ਹੋ ਸਕਦਾ ਹੈ ਕਿ ਕੋਈ ਭਾਸ਼ਾ ਦੂਜੀ ਭਾਸ਼ਾ ਤੋਂ ਇੱਕ ਤੱਤ ਉਧਾਰਾ ਲੈ ਕੇ ਤੇ ਫਿਰ ਉਹਦੀਆਂ ਜਿਹੜਾ ਜੋ ਆਪਾਂ ਬਸ ਤੋਂ ਬੱਸਾ ਵੜਾ ਦਿੱਤਾ ਹਣੀ ਤਾਂ ਵਿੰਡੋ ਤੋਂ ਵਿਡਵਾ ਬਣ ਗਿਆ। ਪਰ ਇੰਜ ਨਹੀਂ ਹੋਇਆ ਕਿ ਕਿਸੇ ਭਾਸ਼ਾ ਦੇ ਅੰਗਰੇਜ਼ੀ ਦੇ ਵਿੱਚ ਵੀ ਪਿਛਲੇ ਕਈ ਹਜ਼ਾਰ ਸਾਲ ਤੋਂ ਕੋਈ ਨਵਾਂ ਤੱਤ ਪੈਦਾ ਹੋ ਗਿਆ ਹੋਵੇ। ਸੋ ਇਸ ਕਰਕੇ ਸਾਰੀ ਸ਼ਬਦਾਵਲੀ ਇਹਨਾਂ ਤੱਤਾਂ ਤੇ ਗੇਤਰਾ-ਪ there. ਕਿਸੇ ਭਾਸ਼ਾ ਦਾ ਕੋਈ ਬਹੁਤਾ ਫਰਕ ਹੈ ਨਹੀਂ ਅਸੀਂ ਕਿਸੇ ਬੜੇ ਇਹੋ ਜਿਹੇ ਭਾਸ਼ਾ ਦੇ ਵਿੱਚ ਜਿਹੜੀ ਬਹੁਤੀ ਵਿਕਸਿਤ ਵੀ ਨਹੀਂ ਹੈ ਉਹਦੇ ਵਿੱਚ ਵੀ ਅਸੀਂ ਅੱਜ ਫੈਸਲਾ ਕਰ ਲਈਏ ਕਿ ਵਿਗਿਆਨ ਦੀ ਪੜਾਈ ਉੱਚ ਪੱਧਰ ਦੀ ਦੇਣੀ ਹੈ ਤੇ ਉਹਦੇ ਵਿੱਚ ਵੀ ਇਹ ਸਮਰੱਥਾ ਹੈ ਥੋੜਾ ਜਿਹਾ ਸਾਨੂੰ ਯਾਨੀ ਕਿਤਨਾ ਕਿਤੇ ਸਾਰੀ ਸਗਵਰੀ ਸਾਡੇ ਕੋਲ ਮੌਜੂਦ ਹੈ ਬਿਲਕੁਲ ਪਰ ਜਿਆ ਥੋੜੀ ਜੀ ਮਿਹਨਤ ਨਾਲ ਇਹ ਸਾਰੀ ਸਗਵਰੀ ਬੜੀ ਥੋੜੀ ਮਿਹਨਤ ਨਾਲ ਤਿਆਰ ਕੀਤੀ ਜਾ ਸਕਦੀ ਹੈ ਛੋਟੇ ਛੋਟੇ ਦੇਸ਼ ਦੇ ਹਾਂਗਕਾਂਗ ਇੱਕ ਛੋਟਾ ਜਿਹਾ ਇੱਕ ਸ਼ਹਿਰ ਹੀ ਇੱਕ ਤਰ੍ਹਾਂ ਨਾਲ ਉਹ ਆਪਣੀ ਭਾਸ਼ਾ ਦੇ ਵਿੱਚ ਪੜਾਈ ਕਰਾ ਰਹੇ ਨੇ ਛੋਟਾ ਕੋਰੀਆ 5 ਕਰੋੜ ਦਾ ਦੇਸ਼ ਹੈ ਉਹ ਸਾਰੀ ਕਰ ਸਕਦੇ ਤੇ ਆਪਾਂ ਇਸੇ ਕਰਕੇ ਉਹਨਾਂ ਦੀ ਤਰੱਕੀ ਦਾ ਰਾਜ਼ ਵੀ ਹੈ ਉਹਨਾਂ ਦੀ ਤਰੱਕੀ ਦਾ ਰਾਜ਼ ਵੀ ਹੈ ਕਿ ਉਹਨਾਂ ਨੇ ਆਪਣੀ ਮਾਤ ਪਾਤਸ਼ਾਹ ਨੂੰ ਆਪਣੇ ਗਿਆਨ ਵਿਗਿਆਨ ਦਾ ਆਦਾਨ ਪ੍ਰਦਾਨ ਦਾ ਪ੍ਰਸ਼ਾਸਨ ਦਾ ਸਿੱਖਿਆ ਦਾ ਆਧਾਰ ਬਣਾਇਆ ਇਸ ਕਰਕੇ ਉਹ ਉਹ ਸਾਡੇ ਨਾਲੋਂ ਤਰੱਕੀ ਕਰ ਗਏ ਔਰ ਜਿੰਨਾ ਚਿਰ ਅਸੀਂ ਇਹ ਨਹੀਂ ਕਰਦੇ ਸਾਡੀ ਸਿੱਖਿਆ ਵਿਕਾਸ ਦੀ ਕਰ ਸਕਦੀ ਜੇ ਸਿੱਖਿਆ ਵਿਕਾਸ ਦੀ ਕਰ ਸਕਦੀ ਸਾਡਾ ਅਰਥਚਾਰਾ ਵਿਕਾਸ ਨਹੀਂ ਕਰ ਸਕਦਾ ਸਾਡਾ ਵਿਗਿਆਨ ਤਕਨੀਕ ਕੁਝ ਵੀ ਵਿਕਾਸ ਨਹੀਂ ਕਰ ਸਕਦਾ ਜੀ ਡਾਕਟਰ ਸਾਹਿਬ ਕਾਫੀ ਡੂੰਘੇ ਤੁਸੀਂ ਵਿਚਾਰ ਸਾਡੇ ਦਸ਼ਕਾ ਸਾਹਮਣੇ ਰੱਖੇ ਨੇ ਸਾਨੂੰ ਪਤਾ ਲੱਗ ਗਿਆ ਸਾਡੀ ਘਾਟ ਕਿੱਥੇ ਹੈ ਕਿਤੇ ਸਾਡੀਆਂ ਕਮੀਆਂ ਨੇ ਹੁਣ ਕਮੀਆਂ ਸਾਨੂੰ ਪਤਾ ਲੱਗ ਗਈਆਂ ਨੇ ਤੇ ਹੱਲ ਕਿਵੇਂ ਨਿਕਲਣਗੇ ਇਹਦੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸੋ ਦੋਸਤੋ ਜਾਨਾ ਕਿਤੇ ਨਹੀਂ ਬੜੇ ਡੂੰਘੇ ਵਿਚਾਰ ਸਾਡੇ ਤੇ ਸਤਿਕਾਰਯੋਗ ਡਾਕਟਰ ਜੋਗਾ ਸਿੰਘ ਜੀ ਆਪਣੀ ਬੋਲੀ ਨੂੰ ਅਸੀਂ ਕਿਵੇਂ ਘਰਾਂ ਵਿੱਚ ਪ੍ਰਵੇਸ਼ ਕਰਾਈਏ ਆਪਣੇ ਬੱਚਾ ਤੱਕ ਪਹੁੰਚ ਕਰਾਈਏ ਤਾਂ ਜੋ ਸਾਡਾ ਵੀ ਬੱਚਾ ਆਉਣ ਵਾਲੀ ਨੌਜਵਾਨ ਪਨੀਰੀ ਆਪਣੀ ਮਾਂ ਬੋਲੀ 'ਚ ਗੱਲ ਕਰਕੇ ਮਾਣ ਮਹਿਸੂਸ ਕਰੇ ਇੱਕ ਨਹੀਂ ਅਨੇਕਾ ਹੋਰ ਵੀ ਸਵਾਲ ਨੇ ਜੋ ਕਿ ਆਪਾਂ ਬ੍ਰੇਕ ਤੋਂ ਬਾਅਦ ਪੁੱਛਾਂਗੇ ਜੁੜੇ ਰਹੋ ਤੁਸੀਂ ਆਪਣੇ ਮਨੁਸੰਤ ਪ੍ਰੋਗਰਾਮ ਖੋਇਦਰਪਨ ਸਾਂਝ ਵਿਚਾਰਾਂ ਦੇ ਨਾਲ ਮੈਂ ਆਪਣੇ ਇਹ మోਢੇ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇਹ ਨਾ ਔਖਾ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀਰ ਰਿਲੀਫ ਮਿਲਿਆ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ మోਢੇ ਵੀ ਓਕੇ ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਵਿੱਚ ਦੇਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀਰ ਰਿਲੀਫ हमेशा याद रखो बस कुछ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿੰਨਾ ਕੀ ਤਿਆਸੀ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਆ ਕਿਤੀ ਸੋਸਾਇਟੀ ਜਿ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਹਾ ਹੋ ਪਰ ਥੈਂਕਸ ਟੂ ਫ੍ਰੀ ਲੀਵ ਜਿਨੇ ਮੇਰਾ ਕੰਫੀਡੈਂਸ ਬਿਲਡ ਕੀਤਾ ਜਿਹਦੇ ਲਗਾਨ ਨਾਲ ਮੈਂ ਮਾਰਕੀਟ ਚੋਂ ਬੜਾ ਹੀ ਕੰਫੀਡੈਂਟ ਹਾਂ ਆਰ ਇਦਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਖੋਜਦਰਪਣ ਸਾਂਝ ਵਿਚਾਰਾਂ ਦੇ ਵਿੱਚ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਬ੍ਰੇਕ ਤੇ ਜਾਂਦੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਸਾਡੇ ਅਤੀ ਸਤਿਕਾਰਯੋਗ ਡਾਟ ਜੋਗਾ ਸਿੰਘ ਜੀ ਦੇ ਨਾਲ ਡਾਕਟਰ ਸਾਹਿਬ ਬ੍ਰੇਕ ਤੇ ਜਾਂਦੋਂ ਪਹਿਲਾਂ ਆਪਾਂ ਮਾਂ ਬੋਲੀ ਬਾਰੇ ਗੱਲ ਕਰ ਰਹੇ ਸੀ ਕਿਵੇਂ ਨੌਜਵਾਨ ਬੱਚਾ ਤੱਕ ਮਾਂ ਬੋਲੀ ਨੂੰ ਪਹੁੰਚਾਇਆ ਜਾਵੇ ਪਰੰਤੂ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬੀ ਨੂੰ ਕੀ ਐਮ ਦਿੱਤੀ ਜਾ ਰਹੀ ਹੈ ਜਾਂ ਜਿਨ੍ਹਾਂ ਵੱਲੋਂ ਦਿੱਤੀ ਜਾ ਰਹੀ ਹੈ ਉਹ ਕੀ ਚੰਗੀ ਤਰ੍ਹਾਂ ਪੰਜਾਬੀ ਨੂੰ ਆਪਣੇ ਘਰਾਂ ਵਿੱਚ ਪਰਫੁੱਲਤ ਕਰ ਰਹੇ ਉਹ ਨਹੀਂ ਆਪਣੇ ਸਾਹਮਣੇ ਇਹ ਹੈ ਕਿ ਪੰਜਾਬੀ ਨੂੰ ਇਮਤ ਨਹੀਂ ਦਿੱਤੀ ਜਾ ਰਹੀ ਜਿੰਨੀ ਚਾਹੀਦੀ ਹੈ ਜੇ ਪੰਜਾਬੀ ਨੂੰ ਇਮਤ ਦਿੱਤੇ ਜਾਂਦੀ ਹੁੰਦੀ ਤੇ ਫਿਰ ਅਸੀਂ ਆਪਣੀ ਸਿੱਖਿਆ ਘੱਟੋ ਘੱਟ ਜਿਹੜੀ ਪੰਜਾਬੀ ਚ ਕੰਮ ਨਾ ਕਰਾਉਂਦੇ ਹਾਲੇ ਸਾਡੇ ਦਫ਼ਤਰਾਂ ਦੇ ਕੰਮ ਵੀ ਪੂਰੀ ਤਰ੍ਹਾਂ ਪੰਜਾਬੀ ਚ ਨਹੀਂ ਹੋਣ ਲੱਗੇ ਬੜੀ ਸਰਲ ਜੀ ਗੱਲ ਹੈ ਕਿ ਜੇ ਕਿਸੇ ਪਿੰਡ ਦੇ ਬੰਦੇ ਨੇ ਦਫ਼ਤਰ ਕਿਸੇ ਦਫ਼ਤਰ ਜਾ ਕੇ ਬਹਿ ਕੇ ਜਾ ਕੇ ਆਪਣਾ ਕੋਈ ਕੰਮ ਕਰਨਾ ਹੈ ਤੇ ਜੇ ਉਹਨੂੰ ਫਾਰਮ ਅੰਗਰੇਜ਼ੀ ਚ ਮਿਲੇਗਾ ਤਾਂ ਆਪਣਾ ਕੰਮ ਕਿਵੇਂ ਕਰ ਲਏਗਾ ਪ੍ਰਸ਼ਾਸਨ ਇਸ ਚਾਰੋਂ ਰੂਪ ਚ ਚੱਲ ਨਹੀਂ ਸਕਦਾ ਜਿੰਨਾ ਚਿਰ ਤੁਸੀਂ ਪ੍ਰਸ਼ਾਸਨ ਜਿਹੜੀ ਲੋਕਾਂ ਦੀ ਭਾਸ਼ਾ ਉਹਨੂੰ ਪ੍ਰਸ਼ਾਸਨ ਦਾ ਆਧਾਰ ਨਹੀਂ ਬਣਾਉਂਦੇ ਇਸ ਤਰ ਪਰ ਇਸ ਕਰਕੇ ਸਾਨੂੰ ਆਪਣੀ ਸਿੱਖਿਆ ਲਈ ਪ੍ਰਸ਼ਾਸਨ ਲਈ ਹਰ ਤਰ੍ਹਾਂ ਦੇ ਹੋਰ ਜਿਹੜੀ ਬਹੁਤ ਮਹੱਤਵਪੂਰਨ ਗੱਲ ਹੈ ਕਿ ਉਹ ਬੱਚੇ ਦਾ ਜੇ ਬੱਚੇ ਨੇ ਆਪਣੇ ਵਿਰਸੇ ਨਾਲ ਆਪਣੇ ਪਰਵੇਸ਼ ਨਾਲ ਆਲੇ ਦੁਆਲੇ ਨਾਲ ਇਤਿਹਾਸ ਨਾਲ ਜੁੜਨਾ ਹੈ ਉਹ ਦੂਜੀ ਭਾਸ਼ਾ ਰਾਹੀਂ ਆਪਣੇ ਵਿਰਸੇ ਨਾਲ ਇਤਿਹਾਸ ਨਾਲ ਆਪਣੇ ਜਿਹੜੇ ਪਰੰਪਰਾ ਨਾਲ ਕਿਵੇਂ ਜੁੜ ਸਕਦਾ ਹੈ ਇਸ ਕਰਕੇ ਜਿੰਨਾ ਚਿਰ ਜੇ ਉਹ ਬੱਚੇ ਨੂੰ ਆਪਣੀ ਭਾਸ਼ਾ ਦੀ ਅੱਛੀ ਮੁਹਾਰਤ ਹੀ ਨਹੀਂ ਹੋਏਗੀ ਤਾਂ ਉਹ ਨਾ ਸਹਿਤ ਤੱਕ ਪਹੁੰਚ ਕਰ ਸਕਦਾ ਨਾ ਸਭਿਆਚਾਰ ਤੱਕ ਅੱਛੀ ਪਹੁੰਚ ਕਰ ਸਕਦਾ ਨਾ ਆਪਣੇ ਲੋਕਾਂ ਦੇ ਆਲੇ ਦੁਆਲੇ ਨਾਲ ਚੰਗੀ ਤਰ੍ਹਾਂ ਜੁੜ ਸਕਦਾ ਤਾਂ ਉਹਦਾ ਕਿਸੇ ਤਰ੍ਹਾਂ ਦਾ ਚੰਗੀ ਤਰ੍ਹਾਂ ਬੱਚਦਾ ਵਿਕਾਸ ਹੀ ਨਹੀਂ ਹੋ ਸਕੇਗਾ ਜੀ ਡਰਸਾ ਤੁਸੀਂ ਇੱਥੇ ਵਿਰਸੇ ਦੀ ਗੱਲ ਕੀਤੀ ਹੈ ਪਰੰਤੂ ਜੇਕਰ ਦੂਜੇ ਪਾਸੇ ਵੇਖਿਆ ਜਾਵੇ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ ਅੱਜ ਇਨਸਾਨ ਅੱਜ ਦਾ ਨੌਜਵਾਨ ਪੂਰੀ ਦੁਨੀਆ ਨਾਲ ਜੁੜਿਆ ਪਿਆ ਹੈ ਪਰੰਤੂ ਇਸ ਅੱਜ ਦੇ ਗਲੋਬਲ ਯੁੱਗ ਦੇ ਵਿੱਚ ਕਿਹੜੀ ਭਾਸ਼ਾ ਨੂੰ ਜ਼ਿਆਦਾ ਪ੍ਰਫੁੱਲਤ ਦਿੱਤੀ ਜਾਵੇ ਤਾਂ ਜੋ ਬੱਚਾ ਦੁਨੀਆ ਦੇ ਬਰਾਬਰ ਦਾ ਬਣ ਸਕੇ ਤੁਹਾਡਾ ਸਵਾਲ ਬਹੁਤ ਹੀ ਚੰਗਾ ਹੈ ਔਰ ਇਹ ਇੱਕ ਕਾਰਨ ਜਿਹਦੇ ਕਰਕੇ ਪੰਜਾਬੀ ਨਿਯਮਿਤ ਜਾਂ ਮਾਤ ਪਿਛਾਵਾਂ ਨੂੰ ਘਾਤਿਆ ਮੀਰ ਮਿਲਦੀ ਲੋਕ ਇਹ ਸਮਝਦੇ ਨੇ ਕਿ ਅੱਜ ਦੀ ਜਿਹੜੀ ਵਿਸ਼ਵੀਕਰਨ ਦੀ ਦੁਨੀਆ ਹੈ ਜਾਂ ਗਲੋਬਲ ਦੁਨੀਆ ਇਹਦੇ ਵਿੱਚ ਦੁਨੀਆ ਦੇ ਨਾਲ ਜੁੜਨਾ ਆਦਾਨ-ਪ੍ਰਦਾਨ ਬਹੁਤ ਵਧ ਗਿਆ ਹੈ ਆਰਥ ਚਾਰਥ ਚਾਰਾ ਜਿਹੜਾ ਆਰਥਿਕ ਸਬੰਧ ਬਹੁਤ ਵਧ ਗਏ ਨੇ ਸਾਡੇ ਇਸ ਕਰਕੇ ਸਾਨੂੰ ਕਿਸੇ ਅੰਤਰਰਾਸ਼ਟਰੀ ਭਾਸ਼ਾ ਦੀ ਲੋੜ ਹੈ ਬਿਲਕੁਲ ਜੀ ਔਰ ਇਹ ਵੀ ਇੱਕ ਵਹਿਮ ਹੈ ਕਿ ਜੈਸੇ ਸਮਝ ਦਿਆ ਪਹਿਲੀ ਗੱਲ ਤੇ ਇਹ ਸਹੀ ਗੱਲ ਹੈ ਕਿ ਅੱਜ ਦੇ ਯੁੱਗ ਵਿੱਚ ਇੱਕ ਪਛਾਈ ਹੋਣਾ ਅਪੰਗ ਹੋਣਾ ਜੇ ਤੁਹਾਨੂੰ ਸਿਰਫ ਪੰਜਾਬੀ ਆਉਂਦੀ ਹੈ ਜਾਂ ਸਿਰਫ ਅੰਗਰੇਜ਼ੀ ਵੀ ਆਉਂਦੀ ਹੈ ਇੱਕੋ ਹੀ ਭਾਸ਼ਾ ਹੁੰਦੀ ਹੈ ਤੁਸੀਂ ਦੁਨੀਆ ਦੇ ਵਿੱਚ ਅਜਾ ਪੰਗ ਬੰਨੇ ਜਾਓਗੇ ਬਹੁਭਾਸ਼ੀ ਭਾਸ਼ਤਾ ਅੱਜ ਦੁਨੀਆ ਬਹੁਭਾ ਬਜਟ ਹੋ ਗਿਆ ਇਹਨਾ ਜੇ ਤੁਹਾਨੂੰ ਗਰੇਜ਼ੀ ਵੀ ਹੁੰਦੀ ਹੈ ਤਾਂ ਵੀ ਤੁਸੀਂ ਪਾਉਂਗਾ ਤੁਹਾਨੂੰ ਇੱਕ ਜਾਣ ਕੇ ਹੈਰਾਨੀ ਹੋਏਗੀ ਕਿ ਯੂਰਪ ਦੇ ਬੈਂਕ ਅੰਗਰੇਜ਼ ਬਰਤਾਨੀਆ ਦੇ ਲੋਕਾਂ ਨੂੰ ਇੰਗਲੈਂਡ ਦੇ ਲੋਕਾਂ ਨੂੰ ਨੌਕਰੀਆਂ ਨਹੀਂ ਦੇ ਰਹੇ ਇਸ ਕਰਕੇ ਇਹ ਨੌਕਰੀਆਂ ਦੇ ਰਹੇ ਇੰਗਲੈਂਡ ਦੇ ਲੋਕਾਂ ਨੂੰ ਕਿ ਉਹਨਾਂ ਨੂੰ ਸਿਰਫ ਅੰਗਰੇਜ਼ੀ ਆਉਂਦੀ ਹੈ ਹੋਰ ਕੋਈ ਭਾਸ਼ਾ ਹੀ ਨਹੀਂ ਆਉਂਦੀ ਉਸ ਦੇ ਉਸ ਦੇ ਮੁਕਾਬਲੇ ਜਿਹੜੇ ਯੂਰਪ ਦੇ ਦੇਸ਼ ਨੇ ਉਹ ਆਪਣੇ ਸਕੂਲਾਂ ਦੇ ਵਿੱਚ ਆਪਣੇ ਕਾਲਜਾਂ ਦੇ ਵਿੱਚ ਵਿਦੇਸ਼ੀ ਭਾਸ਼ਾਵਾਂ ਬਹੁਤ ਪੜਾ ਰਹੇ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਜਾਂ ਉਹਨਾਂ ਦੇ ਜਿਹੜੇ ਨੌਜਵਾਨ ਆ ਰਹੇ ਨੇ ਉਹ ਜਦੋਂ ਸਕੂਲ ਜਾਂ ਕਾਲਜ ਤੋਂ ਬਾਹਰ ਹੁੰਦੇ ਨੇ ਉਹ ਤਾਂ ਕਈ ਭਾਸ਼ਾਵਾਂ ਸਿੱਖ ਚੁੱਕੇ ਹੁੰਦੇ ਨੇ ਇਸ ਕਰਕੇ ਯੂਰਪ ਦੇ ਬੈਂਕ ਜਿਹੜੇ ਨੇ ਉਹ ਇੰਗਲੈਂਡ ਦੇ ਲੋਕਾਂ ਨੂੰ ਨੌਕਰੀਆਂ ਨਹੀਂ ਦਿੰਦੇ ਬਲਕਿ ਜੋ ਫਰਾਂਸ ਜਰਮਨੀ ਇਹਨਾਂ ਦੇਸ਼ਾਂ ਦੇ ਇਟਲੀ ਇਹਨਾਂ ਦੇਸ਼ਾਂ ਦੇ ਲੋਕਾਂ ਨੂੰ ਨੌਕਰੀਆਂ ਦਿੰਦੇ ਨੇ ਇਸੇ ਤਰ੍ਹਾਂ ਇੰਗਲੈਂਡ ਦੀ ਅਖਬਾਰ ਦੇ ਵਿੱਚ ਪਿੱਛੇ ਜੀ ਇੱਕ ਛਪਿਆ ਇੱਕ ਮੈਗਜ਼ੀਨ ਚ ਕਿ 48 ਬਿਲੀਅਨ ਪਾਉਂਡ 48 ਮਿਲੀਅਨ ਪਾਉਂਡ ਦਾ ਮਤਲਬ ਹੈ ਮੇਰੇ ਸਾਹਿਬ ਕੋਈ ਲਗਭਗ 3-4 ਲੱਖ ਕਰੋੜ ਦੇ ਕਰੀਬ ਬਣ ਜਾਂਦਾ ਤਾਂ ਇਹਨਾਂ ਕਾਟਾਂ ਇੰਗਲੈਂਡ ਨੂੰ ਇਸ ਕਰਕੇ ਪਹਿਰੇ ਕਿ ਉਹਨਾਂ ਨੂੰ ਸਿਰਫ ਅੰਗਰੇਜ਼ੀ ਆਉਂਦੀ ਹੈ ਇਹ ਸਾਡਾ ਇੱਕ ਭਰਮ ਹੈ ਕਿ ਅੰਗਰੇਜ਼ੀ ਦੇ ਨਾਲ ਸਾਰੀ ਦੁਨੀਆ ਨਾਲ ਜੁੜਿਆ ਜਾ ਸਕਦਾ ਹੈ ਅੰਗਰੇਜ਼ੀ ਦੁਨੀਆ ਦੇ ਸਿਰਫ 70-80 ਕਰੋੜ ਲੋਕ ਜਾਣਦੇ ਨੇ ਔਰ ਉਹਦੇ ਵਿੱਚੋਂ ਅੱਧੇ ਨੇ ਜਿਨ੍ਹਾਂ ਦੀ ਮਾਤ ਪਿਤਾਸ਼ਾ ਦੇ ਜਿਹੜੇ ਨੂੰ ਦੂਜੀ ਪਾਸ਼ਾ ਅੱਗੇ ਜਾਂਦੇ ਸਾਰੀ ਦੁਨੀਆ ਦੇ ਬਾਅਦ 720 ਕਰੋੜ ਤੋਂ ਵੀ ਉੱਪਰ ਹੋ ਗਈ 750 ਕਰੋੜ ਹੁਣ ਬਾਕੀਆਂ ਨਾਲ ਅਸੀਂ ਕਿਵੇਂ ਜੁੜਾਂਗੇ ਜੇ ਸਾਨੂੰ ਉਹਨਾਂ ਦੀਆਂ ਪਸ਼ਾਵਾਂ ਨਹੀਂ ਆਉਂਦੀਆਂ ਇਸ ਕਰਕੇ ਸਾਡਾ ਇਹ ਭਰਮ ਕਿ ਅੰਗਰੇਜ਼ੀ ਨਾਲ ਸਾਰੀ ਦੁਨੀਆ ਨਾਲ ਜੁੜ ਜਾਾਂਗੇ ਸਾਡਾ ਵਪਾਰ ਚ ਨੁਕਸਾਨ ਕਰ ਰਿਹਾ ਹੈ ਔਰ ਤੁਹਾਨੂੰ ਹੈਰਾਨੀ ਹੋਈ ਇਹ ਗੱਲ ਕੇ ਕਿ ਉਹ ਦੇਸ਼ ਜਿਹੜੇ ਮਾਤ ਪਿਤਾਸ਼ਾ ਚ ਪੜਾਉਂਦੇ ਨੇ ਉਹ ਸਾਡੇ ਤੋਂ ਵਪਾਰ ਪੀ ਅੱਗੇ ਨੇ ਮਿਸਾਲ ਅਸੀਂ ਦੱਖਣੀ ਕੋਰੀਆ ਦੀ ਮਿਸਾਲ ਲੈ ਸਕਦੇ ਹਾਂ ਦੱਖਣੀ ਕੋਰੀਆ 5 ਕਰੋੜ ਆਬਾਦੀ ਵਾਲਾ ਮੁਲਕ ਹੈ ਸਾਡੇ ਨਾਲ ਸਾਡੇ ਪਰ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਜਿਹੜਾ ਕੋਰੀਆ ਦਾ ਦਰਜਾ ਸਾਡੇ ਨਾਲੋਂ 15 ਦਰਜੇ ਉੱਪਰ ਹੈ। ਕੋਰੀਆ ਸਾਰੀ ਆਪਣੀ ਪੜ੍ਹਾਈ ਜਿਹੜੀ ਹੈ ਉਹ ਬਾਤ ਪਾਸ਼ਾ ਕੋਰੀਆ ਚੜਾਉਂਦਾ ਯੂਨੀਵਰਸਿਟੀ ਤੇ ਕਾਲਜ ਦੀ ਔਰ ਜਿਹੜੀ ਸਭ ਤੋਂ ਜਿਹੜੀ ਜ਼ਰੂਰੀ ਗੱਲ ਮੈਂ ਮਹੱਤਵਪੂਰਨ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਉਹ ਇਹ ਹੈ ਕਿ ਤੁਹਾਨੂੰ ਵਿਦੇਸ਼ੀ ਭਾਸ਼ਾ ਵੀ ਨਹੀਂ ਚੰਗੀ ਤਰ੍ਹਾਂ ਆ ਸਕਦੀ। ਜੇ ਤੁਸੀਂ ਮਾਤ ਪਾਸ਼ਾ ਦੇ ਚੰਗੇ ਬੁਹਾਰਤ ਹਾਸਲ ਨਹੀਂ ਕੀਤੀ ਦੁਨੀਆ ਦੇ ਵਿੱਚ ਇਹ ਸਵਾਲ ਦੇ ਉੱਤੇ ਬਹੁਤ ਖੋਜ ਹੋ ਚੁੱਕੀ ਹੈ ਕਿ ਅੱਜ ਦੇ ਯੁੱਗ ਵਿੱਚ ਜਿਹੜਾ ਤੁਹਾਨੂੰ ਉਸ ਭਾਸ਼ਾਵਾਂ ਸਿੱਖਣ ਦੀ ਲੋੜ ਹੈ ਤਾਂ ਵਿਦੇਸ਼ੀ ਭਾਸ਼ਾ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਔਰ ਇਹ ਵਿਸ਼ਵ ਬੈਂਕ ਨੇ ਪੈਸਾ ਦੇ ਕੇ 12 ਮੁਲਕਾਂ ਦੇ ਵਿੱਚ ਇੱਕ ਬੜਤਾਲ ਕਰਾਈ ਅਧਿਐਨ ਕਰਵਾਇਆ ਔਰ ਉਹਦੇ ਵਿੱਚ ਹਿੰਦੁਸਤਾਨ ਵੀ ਸੀ ਸਾਰੀ ਦੁਨੀਆ ਦੇ ਵਿੱਚੋਂ ਪੰਜ માં ਦੇ ਪੰਜੋ ਲੈ ਉਹ ਯੂਨੈਸਕੋ ਨੇ ਉਹ ਸਾਰੀ ਖੋਜ ਕੀਤੀ ਉਹਦੇ ਜੋ ਨਤੀਜੇ ਨੇ ਮੈਂ ਤੁਹਾਨੂੰ ਇੱਕ ਟੂਕ ਦੇ ਰੂਪ ਵਿੱਚ ਸਾਹਮਣੇ ਸਾਹਮਣੇ ਰੱਖਣਾ ਚਾਹਾਂਗਾ ਕਿ ਉਹਦੇ ਨਤੀਜੇ ਕੀ ਨੇ ਸਾਡੇ ਰਾਹ ਵਿੱਚ ਵੱਡੀ ਰੁਕਾਵਟ ਭਾਸ਼ਾ ਤੇ ਸਿੱਖਿਆ ਬਾਰੇ ਕੋਝੰਦ ਵਿਸ਼ਵਾਸਨ ਤੇ ਲੋਕਾਂ ਦੀਆਂ ਅੱਖਾਂ ਖੋਲਣ ਲਈ ਇਹਨਾਂ ਅੰਧਵਿਸ਼ਵਾਸਾਂ ਦਾ ਭਾਂਡਾ ਭਰਨਾ ਚਾਹੀਦਾ ਹੈ ਅਜਿਹਾ ਇੱਕ ਅੰਧਵਿਸ਼ਵਾਸ ਇਹ ਹੈ ਕਿ ਵਿਦੇਸ਼ੀ ਭਾਸ਼ਾ ਸਿੱਖਣ ਦਾ ਵਧੀਆ ਤਰੀਕਾ ਇਸ ਦੀ ਪੜਾਈ ਦੇ ਮਾਧਿਅਮ ਵੱਜੋਂ ਵਰਤਿਆ ਹੋਏ ਅਸਲ ਵਿੱਚ ਹੋਰ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪੜ੍ਹਨਾ ਵਧੇਰੇ ਕਾਰਗਰ ਹੁੰਦਾ ਹੈ ਦੂਜਾ ਅੰਧਵਿਸ਼ਵਾਸ ਇਹ ਹੈ ਕਿ ਵਿਦੇਸ਼ੀ ਭਾਸ਼ਾ ਸਿੱਖਣ ਲਈ ਜਿੰਨਾ ਛੇਤੀ ਸ਼ੁਰੂ ਕੀਤਾ ਜਾਏ ਓਨਾ ਚੰਗਾ ਹੈ ਛੇਤੀ ਸ਼ੁਰੂ ਕਰਨ ਨਾਲ ਲਹਿਜਾ ਤਬੇਤਰ ਹੋ ਸਕਦਾ ਹੈ ਪਰ ਲਾਭ ਦੀ ਸਥਿਤੀ ਵਿੱਚ ਉਹ ਸਿੱਖਣ ਵਾਲਾ ਹੁੰਦਾ ਹੈ ਜੋ ਮਾਤ ਭਾਸ਼ਾ ਤੇ ਚੰਗੀ ਮੁਹਾਰਤ ਹਾਸਲ ਕਰ ਚੁੱਕਿਆ ਹੋਵੇ ਹੋਵੇ ਤੀਜਾ ਅੰਧਵਿਸ਼ਵਾਸ ਇਹ ਹੈ ਕਿ ਮਾਤ ਭਾਸ਼ਾ ਵਿਦੇਸ਼ੀ ਭਾਸ਼ਾ ਸਿੱਖਣ ਦੇ ਰਾਹ ਵਿੱਚ ਰੁਕਾਵਟ ਹੈ ਮਾਤ ਭਾਸ਼ਾ ਵਿੱਚ ਮਜ਼ਬੂਤ ਨਹੀਂ ਨਾਲ ਵਿਦੇਸ਼ੀ ਭਾਸ਼ਾ ਬਿਹਤਰ ਸਿੱਖੀ ਜਾਂਦੀ ਹੈ ਸਪਸ਼ਟ ਹੈ ਕਿ ਅੰਧਵਿਸ਼ਵਾਸਨ ਅਸਲੀਅਤ ਨਹੀਂ ਪਰ ਫਿਰ ਵੀ ਇਹ ਨੀਤੀ ਕਾੜਿਆਂ ਦੀ ਇਸ ਸਵਾਲ ਤੇ ਅਗਵਾਈ ਕਰਦੇ ਹਨ ਕਿ ਭਾਰੂ ਭਾਸ਼ਾ ਕਿਵੇਂ ਸਿੱਖੀ ਜਾਵੇ ਸੋ ਇਸ ਤੋਂ ਕੱਲੀ ਇਹ ਕੱਲੀ ਕੱਲਾ ਅਧਿਆਨੀਆਂ ਖੋਜ ਨਹੀਂ ਹੈ ਬਹੁਤ ਹੋਰ ਖੋਜਾਂ ਵੀ ਸਵਾਲ ਤੇ ਹੋਈਆਂ ਨੇ ਹਰ ਵਾਰੀ ਇਹ ਨਤੀਜਾ ਸਾਹਮਣੇ ਆਉਂਦਾ ਹੈ ਕਿ ਜੇ ਪੜਾਈ ਇੱਕੋ ਜਿਹੀ ਹੋਏ ਜਿਹੜਾ ਬੱਚਾ ਮਾਤ ਭਾਸ਼ਾ ਮਾਧਿਅਮ ਵਿੱਚ ਪੜਦਾ ਹੈ ਉਹ ਵਿਦੇਸ਼ੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪੜੇਗਾ ਤਾਂ ਉਹਨੂੰ ਬਿਹਤਰ ਆਏਗੀ ਪਰ ਉਹ ਵੀ ਥੋੜਾ ਲੇਟ ਪੜੇਗਾ ਤੇ ਜੇ ਉਸ ਦੇ ਮੁਕਾਬਲੇ ਜਿਹੜਾ ਬੱਚਾ ਸ਼ੁਰੂ ਤੋਂ ਹੀ ਵਿਦੇਸ਼ੀ ਭਾਸ਼ਾ ਮਾਧਿਅਮ ਵਿੱਚ ਪੜਦਾ ਹੈ ਉਹਨੂੰ ਵਿਦੇਸ਼ੀ ਭਾਸ਼ਾ ਵੀ ਬਹੁਤ ਚੰਗੀ ਤਰ੍ਹਾਂ ਨਹੀਂ ਆਏਗੀ ਡਾਕਟਰ ਸਾਹਿਬ ਤੁਸੀਂ ਬਹੁਤ ਖੂਬੀ ਢੰਗ ਦੇ ਨਾਲ ਇੱਕ ਕੰਡੀਸ਼ਨ ਸਾਡੇ ਸਾਹਮਣੇ ਰੱਖ ਦਿੱਤੀ ਵੀ ਜਿਹੜਾ ਬੱਚਾ ਆਪਣੀ ਬੋਲੀ ਨੂੰ ਜ਼ਿਆਦਾ ਅਸੈਪਟ ਕਰੇਗਾ ਦੂਜੀਆਂ ਭਾਸ਼ਾਵਾਂ ਨਾਲ ਵੀ ਉਹਦੀ ਪਕੜ ਬਣੇਗੀ ਪਰੰਤੂ ਫਿਰ ਵੀ ਡਾਕਟਰ ਸਾਹਿਬ ਤਾਂ ਮੈਂ ਇੱਥੇ ਪੁੱਛਣਾ ਚ ਕੁਝ ਸਭਾ ਸੁਸਾਇਟੀਆਂ ਜਾਂ ਸਰਕਾਰਾਂ ਦੀ ਗੱਲ ਕਰ ਲੋ ਜਾਂ ਵਿਦਿਅਕ ਅਦਾਰਿਆਂ ਦੀ ਗੱਲ ਕਰ ਲੋ ਉਹਨਾਂ ਦਾ ਫਰਜ਼ ਬੰਦ ਹੈ ਤੁਸੀਂ ਵੀ ਬਾਕਾਇਦਾ ਪੰਜਾਬੀ ਇੰਡਸਟਰੀ ਚ ਵਾਕੂ ਵੀ ਟਕਣਾ ਪੰਜਾਬੀ ਬੋਲੀ ਸੇਵਾ ਕਰ ਰਹੇ ਹੋ ਸਾਡੇ ਸਰਕਾਰਾਂ ਦਾ ਕੀ ਰੋਲ ਹੈ ਜਾਂ ਸਾਡੇ ਵਿਦਿਅਕ ਅਦਾਰਿਆਂ ਦਾ ਕੀ ਰੋਲ ਆਪਣੀ ਮਾਂ ਬੋਲੀ ਪ੍ਰਤੀ ਕਿਉਂਕਿ ਬੱਚੇ ਕਿਤਰੋਂ ਕਿਤੋਂ ਤਾਲੀਮ ਗ੍ਰਹਿਣ ਕਰਨੀ ਹੈ ਜਿਸ ਤਰ੍ਹਾਂ ਦੀ تعلیم ਦਿੱਤੀ ਜਾਵੇਗੀ ਬੱਚਾ ਉਸੇ ਤਰ੍ਹਾਂ ਦਾ ਸਫਲ ਕਰੇਗਾ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਬੰਦੀ ਹੈ ਤੁਸੀਂ ਆਮ ਪਿੰਡ ਦੇ ਇੱਕ ਸਾਧਾਰਨ ਬੰਦੇ ਤੋਂ ਉਮੀਦ ਨਹੀਂ ਰੱਖ ਸਕਦੇ ਕਿ ਉਹ ਦੁਨੀਆ ਪਰ ਦੀ ਖੋਜ ਨੂੰ ਜਾਣਦਾ ਹੋਵੇ ਦੁਨੀਆ ਨੂੰ ਗਿਆਨ ਰੱਖਦਾ ਹੋਵੇ ਤੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬੰਦੀ ਹੈ ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਪੰਜਾਬ ਦੀਆਂ ਸਰਕਾਰਾਂ ਚ ਹਿੰਦੁਸਤਾਨੀ ਦੀਆਂ ਸਰਕਾਰਾਂ ਦਾ ਇਸ ਖੇਤਰ ਦੇ ਵਿੱਚ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਰੋਲ ਜੋ ਬੰਦਾ ਉਹ ਨਹੀਂ ਹੋ ਰਿਹਾ ਔਰ ਮੈਂ ਸਮਝਦਾ ਕਿ ਸਰਕਾਰ ਦੇ ਪੱਦਰ ਤੇ ਜਿਹੜੀ ਸਿਆਸੀ ਪੱਦਰ ਤੇ ਬਹੁਤ ਜ਼ਿਆਦਾ ਜਾਣਕਾਰੀ ਦੀ ਘਾਟ ਹੈ ਇਹ ਜਿਹੜੇ ਭਰਮ ਨੇ ਕਿ ਸਿੱਖਿਆ ਅੰਗਰੇਜ਼ੀ ਨਾਲ ਵਿਗਿਆਨ ਦੀ ਸਿੱਖਿਆ ਬਿਹਤਰ ਹੋਏਗੀ ਤਕਨੀਕ ਬਿਹਤਰ ਆਵੇਗੀ ਜਿਐਂ ਸੇ ਅੰਗਰੇਜ਼ੀ ਪੜ੍ਹਨ ਨਾਲ ਤੁਹਾਡਾ ਕਾਰੋਬਾਰ ਵਧ ਜਾਊਗਾ ਵਿਦੇਸ਼ੀ ਭਾਸ਼ਾ ਕਿਵੇਂ ਸਿੱਖੀ ਜਾਣੀ ਹੈ ਪਤਾ ਨਹੀਂ ਤੇ ਇਹ ਭਰਮ ਹਰ ਪੱਧਰ ਤੇ ਨੇ ਉੱਪਰਲੇ ਪੱਧਰ ਤੇ ਵੀ ਨੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਇਹਦਾ ਪਰਮਾਣੂ ਤੋੜਨਾ ਔਰ ਤੁਸੀਂ ਇਹਦੇ ਵਿੱਚ ਜਿਹੜਾ ਰੋਲ ਅਦਾ ਕਰ ਰਿਹਾ ਤੁਹਾਡਾ ਚੈਨਲ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਔਰ ਮੈਂ ਇਸ ਗੱਲ ਦੀ ਵਧਾਈ ਦੇਣਾ ਹੈ ਕਿ ਇਹ ਜਿਹੜੀਆਂ ਹਕੀਕਤਾਂ ਨੇ ਜਿਹੜੀਆਂ ਸਚਾਈਆਂ ਨੇ ਜਿਹੜੇ ਤੱਥ ਨੇੜੇ ਅੰਕੜੇ ਨੇ ਸਿਆਣੀਆਂ ਦੀਆਂ ਗੱਲਾਂ ਨੇ ਇਹਨੂੰ ਆਪਾਂ ਘ ਹੋਣ ਚਾਏ ਆਮ ਸਧਾਰਨ ਲੋਕ ਹੋਣ ਤੇ ਉਹਨਾਂ ਨੂੰ ਜਾਣਕਾਰੀ ਲੈ ਕੇ ਜਾਇਆ ਜਾਏ ਜੇ ਤਾਂ ਕਿ ਅਸੀਂ ਸਹੀ ਜਿਹੜਾ ਆਪਣੇ ਫੈਸਲੇ ਪਾਸ਼ਾ ਦੇ ਬਾਰੇ ਲੈ ਚੁੱਕੇ ਔਰ ਜਿਹੜੇ ਸਾਡੇ ਵੱਡੇ ਨੁਕਸਾਨ ਹੋ ਰਹੇ ਨੇ ਉਹਨਾਂ ਤੋਂ ਬਚ ਸਕੀਏ ਡਾਕਟਰ ਸਾਹਿਬ ਮੈਂ ਥੋੜਾ ਥੇ ਹੋਰ ਉੱਥੇ ਰੁਕਣਾ ਚਾਹਾਂਗਾ ਇੱਕ ਸਟੇਟਸ ਸ਼ਬਦ ਵਰਤਿਆ ਜਾਂਦਾ ਹੈ ਅੱਜ ਦੇ ਨੌਜਵਾਨ ਵੱਲੋਂ ਵੀ ਜਿਹੜਾ ਦੂਜੇ ਭਾਸ਼ਾਵਾਂ ਵਿੱਚ ਗੱਲ ਕਰੇਗਾ ਮਾਂ ਬੋਲੀ ਛੱਡ ਕੇ ਇੱਕ ਸਟੇਟਸ ਉਹਦਾ ਕਾਇਮ ਹੋ ਜਾਵੇਗਾ ਉਹ ਸਟੇਟਸ ਮਾਂ ਬੋਲੀ ਛੇ ਕਾਇਮ ਨਹੀਂ ਹੋ ਸਕਦਾ ਬਿਲਕੁਲ ਹੋ ਸਰ ਦਾ ਸਟੇਟਸ ਤੁਹਾਡਾ ਮਾਂ ਬੋਲੀ ਨਾਲ ਹੀ ਕਾਇਮ ਹੋ ਸਕਦਾ ਜੇ ਤੁਸੀਂ ਤੁਸੀਂ ਗੱਲ ਹੀ ਨੀ ਕਾਮਯਾਬੀ ਨਾਲ ਜਿਸ ਭਾਸ਼ਾ ਵਿੱਚ ਕਰ ਸਕਦੇ ਹੋ ਉਹਦੇ ਨਾਲ ਤੁਹਾਡਾ ਸਟੇਟਸ ਕੀ ਬਣੇਗਾ ਤੁਸੀਂ ਆਪਣੀ ਗੱਲ ਕਾਮਯਾਬੀ ਨਾਲ ਗੱਲ ਵਧੀਆ ਟਾਂਗ ਨਾਲ ਗੱਲ ਜਿਹੜੀ ਹੈ ਤਾਂ ਦੂਜੀ ਭਾਸ਼ਾ ਤੁਹਾਨੂੰ ਕਿੰਨੀ ਵੀ ਆਉਂਦੀ ਹੋਵੇ ਆਪਣੀ ਮਾਂ ਬੋਲੀ ਵਾਂਗ ਜਿਵੇਂ ਕਰ ਸਕਦੇ ਹੋ ਨਹੀਂ ਉਸ ਦੇ ਜਿਹੜਾ ਸਟੇਟਸ ਦਾ ਮਾਮਲਾ ਹੈ ਵੇਖ ਸਟੇਟਸ ਇਸ ਦਾ ਮੰਨਦਾ ਜਦੋਂ ਜਿਹੜੀਆਂ ਵਿਕਾਰ ਵਾਲੀਆਂ ਥਾਵਾਂ ਨੇ ਜਿਹੜੀਆਂ ਉੱਚੇ ਰਤਬੇ ਵਾਲੀਆਂ ਥਾਵਾਂ ਨੇ ਜਿਵੇਂ ਸਾਡੇ ਇੱਥੇ ਆਈਐਸ ਅਫਸਰ ਨੇ ਪ੍ਰੋਫੈਸਰ ਨੇ ਜਾਂ ਉੱਚੀਆਂ ਥਾਂ ਵਿਕਾਰ ਵਾਲੀਆਂ ਜਿੱਥੇ ਚੰਗੀਆਂ ਦਰਗਾਹਾਂ ਮਿਲਦੀਆਂ ਨੇ ਚੰਗੀਆਂ ਸਹੂਲਤਾਂ ਨੇ ਉਹ ਜਿਸ ਪਛਾਣ ਨਾਲ ਹਾਸਲ ਹੁੰਦੀਆਂ ਨੇ ਉਹਦਾ ਸਟੇਟਸ ਹੋ ਜਾਏਗਾ ਜੇ ਸਾਡੇ ਹਿੰਦੁਸਤਾਨ ਦੇ ਵਿੱਚ ਆਈਐਸ ਦਾ ਇਮਤਿਹਾਨ ਜਿਹੜੇ ਨੇ ਉਹ ਪੰਜਾਬੀ ਗੁਜਰਾਤੀ ਰਾਜਸਥਾਨੀ ਸਾਰਿਆਂ ਚੋਂ ਜਾਣ ਔਰ ਲੋਕ ਆਪਣੀਆਂ ਮਾਤ ਪਛਾਵਾਂ ਦੇ ਰਹੀਂ ਆਈਐਸ ਬਣ ਜਾਣ ਉਹ ਆਇਆ ਆਪੇ ਉਹਨਾਂ ਪੰਜਾਬੀਆਂ ਪਛਾਵਾਂ ਦਾ ਸਟੇਟਸ ਕੁਝ ਬਣ ਜੇਗਾ ਔਰ ਕੁਝ ਹੋਇਆ ਵੀ ਹੈ ਉਹਨਾਂ ਨੂੰ ਤੁਹਾਨੂੰ ਪਤਾ ਹੈ 79 ਤੋਂ ਪਹਿਲਾਂ ਸਾਰੇ ਸਾਡੇ ਜਿਹੜੇ ਯੂਪੀਐਸਸੀ ਦੇ ਇਮਤਿਹਾਨ ਨੇ ਅੰਗਰੇਜ਼ੀ ਚ ਹੁੰਦੇ ਸੀ ਔਰ ਉਸ ਤੋਂ ਬਾਅਦ ਜਿਹੜਾ ਮੇਨ ਆਇਆ ਉਹ ਹੁਣ ਜਿਹੜੀਆਂ ਸਾਡੇ ਸ਼ੈਡਿਊਲ ਲੈਂਗੁਏਜਸ ਨੇ ਉਹਨਾਂ ਨੂੰ ਪਛਾਵਾਂ ਨੂੰ ਨੱਚ ਵੀ ਹੁੰਦਾ ਔਰ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਆਏ ਦੇ ਆਪਣੀਆਂ ਪਛਾਵਾਂ ਦੇ ਰਹੀਂ ਆਏ ਨੇ ਔਰ ਉਹ ਆਪਣੀ ਲੋਕਾਂ ਦੀ ਸੇਵਾ ਵੀ ਚੰਗੀ ਕਰ ਸਕਦੇ ਨੇ ਜੇ ਸਾਡਾ ਕੋਈ ਡੀਸੀ ਹੈ ਜਾਂ ਅਫਸਰ ਹੈ ਜੋ ਆਪਣੇ ਲੋਕਾਂ ਨਾਲ ਗੱਲ ਹੀ ਨਹੀਂ ਕਰ ਸਕਦਾ ਉਹਨਾਂ ਦੀ ਭਾਸ਼ਾ ਹੀ ਚੰਗੀ ਤਰ੍ਹਾਂ ਨਹੀਂ ਜਾਣਦਾ ਤਾਂ ਉਹਨਾਂ ਦੀ ਸੇਵਾ ਇਸ ਕਰਕੇ ਜਦੋਂ ਅਸੀਂ ਆਪਣੀਆਂ ਮਾਂ ਬੋਲੀਆਂ ਨੂੰ ਸਾਰੀਆਂ ਪਦਵੀਆਂ ਉੱਚੀਆਂ ਪਦਵੀਆਂ ਵਾਲੀਆਂ ਥਾਵਾਂ ਦੀਆਂ ਪਛਾਵਾਂ ਬਣਾਵਾਂਗੇ ਸਾਡੀ ਕਾਲਜਾਂ ਦੀ ਸਾਡੀ ਵਿਗਿਆਨ ਦੀ ਸਹਿਰਤਾਂ ਦੇ ਸਿੱਖਿਆ ਪੰਜਾਬੀ ਚ ਹੋਵੇਗੀ ਪੰਜਾਬੀ ਦਾ ਆਪੇ ਸਟੇਟਸ ਉੱਚਾ ਹੋ ਜਾਏਗਾ ਤੇ ਲੋਕ ਪੰਜਾਬੀ ਬੋਲ ਕੇ ਫਖਰ ਮਹਿਸੂਸ ਕਰਨਗੇ ਬਿਲਕੁਲ ਡਾਕਟਰ ਸਾਹਿਬ ਅੱਜ ਸਮਾਂ ਸਾਨੂੰ ਆਗਿਆ ਨਹੀਂ ਦੇ ਰਿਹਾ ਅਸੀਂ ਸ਼ੋਅ ਨੂੰ ਅੱਗੇ ਤੋਰੀਏ ਪਰੰਤੂ ਮੈਂ ਆਪਣੇ ਦੋਸਤਾਂ ਦੱਸ ਦਰਨਾ ਦੋਸਤੋ ਇਸ ਐਪੀਸੋਡ ਨੂੰ ਆਪਾਂ ਅਗਲੇ ਹਫਤੇ ਵੀ ਇਸੇ ਤਰ੍ਹਾਂ ਤੋਰਾਂਗੇ ਤੇ ਡਾਕਟਰ ਸਾਹਿਬ ਆਪਾਂ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ ਬਾਬਾ ਮਿਹਰਬਾਨੀ ਜੀ ਸਾਰੇ ਦਰਸ਼ਕਾਂ ਨੂੰ ਮੇਰੀ ਸ ਸਨੇ ਦੇਣਾ ਚਾਹੂਗੇ ਮੈਂ ਸਨੇ ਦੇਣਾ ਚਾਹੂਗਾ ਕਿ ਹਕੀਕਤਾਂ ਨੂੰ ਜਾਣੀ ਹੈ ਇਹ ਜਿਹੜੇ ਪਾਸ਼ਾ ਦੇ ਬਾਰੇ ਸਿੱਖਿਆ ਦੇ ਬਾਰੇ ਪ੍ਰਸ਼ਾਸਨ ਬਾਰੇ ਅੰਤਰਰਾਸ਼ਟਰੀ ਸਥਿਤੀ ਬਾਰੇ ਪਾਸ਼ਾ ਨਾਲ ਸੰਬੰਧਿਤ ਪਰਮ ਬਣੇ ਹੋਏ ਨੇ ਮੈਂ ਨਹੀਂ ਕਹਿੰਦਾ ਕਿ ਜੋ ਡਾਕਟਰ ਜੋਗਾ ਸਿੰਘ ਕਹ ਰਿਹਾ ਤੁਸੀਂ ਉਹਨੂੰ ਸੱਚ ਮੰਨੋ ਮੈਂ ਕਹਿੰਨਾ ਹੈ ਕਿ ਜਾਣਕਾਰੀ ਹਾਸਲ ਕਰੋ ਸਚਾਈ ਕੀ ਹੈ ਹਕੀਕਤ ਕੀ ਹੈ ਸਿੱਖਿਆ ਚ ਕਿਹੜੇ ਦੇ ਸਕੇ ਨੇ ਕਾਰੋਬਾਰ ਚ ਕਿਹੜੇ ਦੇ ਸਕੇ ਨੇ ਔਰ ਪ੍ਰਸ਼ਾਸਨ ਚ ਚੰਗਾ ਕਿਹੜੇ ਦੇ ਦਸਾਂਦਾ ਔਰ ਉਹ ਕੀ ਕਰ ਰਹੇ ਨੇ ਉਹ ਆਪਣੀ ਬਾਤ ਪਾਸ਼ਾ ਚ ਸਿੱਖਿਆ ਦੇ ਰਹੇ ਨੇ ਜਾਂ ਦੂਜੀ ਪਾਸ਼ਾ ਚ ਦੇ ਰਹੇ ਨੇ ਇਸ ਕਰਕੇ ਸਚਾਈ ਨੂੰ ਆਪਾਂ ਜਾਣੀ ਹੈ ਔਰ ਤੱਥਾਂ ਤੇ ਅੰਕੜਿਆਂ ਤੋਂ ਫੈਸਲਾ ਕਰੀਏ ਆਪਣੇ ਭਰਮਾਂ ਚੋਂ ਨਿਕਲੀਏ ਭਰਮ ਦੇ ਆਧਾਰ ਤੇ ਕਿਉਂਕ ਆਸ਼ਾ ਦਾ ਮਾਮਲਾ ਬਹੁਤ ਗੰਭੀਰ ਮਾਮਲਾ ਜੇ ਇਹਦੇ ਬਾਰੇ ਅਸੀਂ ਆਪਣੇ ਪਰਮਾਂ ਦੇ ਆਧਾਰ ਦੇ ਉੱਤੇ ਕੋਈ ਫੈਸਲਾ ਲਵਾਂਗੇ ਤੇ ਸਾਡੇ ਪਹਿਲਾਂ ਹੀ ਬਹੁਤ ਵੱਡੇ ਨੁਕਸਾਨ ਹਿੰਦੁਸਤਾਨ ਦੇ ਵਿੱਚ ਹੋ ਚੁੱਕੇ ਨੇ ਔਰ ਹੋਰ ਵੀ ਜ਼ਿਆਦਾ ਹੋਣਗੇ ਜੇ ਅਸੀਂ ਹਕੀਕਤਾਂ ਨਾਲ ਹਕੀਕਤਾਂ ਨੂੰ ਨਹੀਂ ਜਾਣਦੇ ਔਰ ਉਹਦੇ ਮੁਤਾਬਕ ਆਪਣੀਆਂ ਨੀਤੀਆਂ ਨਹੀਂ ਕੱਢਦੇ ਤਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਇ ਸੰਜੀ ਸਾਡੇ ਅਤੀ ਸਤਿਕਾਰਯੋਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਜੋਗਾ ਸਿੰਘ ਜੀ ਭਾਸ਼ਾ ਵਿਭਾਗ ਅਤੇ ਕੋਸ਼ਕਾਰੀ ਵਿਭਾਗ ਦੇ ਪ੍ਰੋਫੈਸਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੋੜੇ ਸੱਚ ਸਾਡੇ ਸਾਹਮਣੇ ਰੱਖੇ ਨੇ ਕਿਵੇਂ ਉਹ ਮਾਂ ਬੋਲੀ ਨੂੰ ਆਪਣੇ ਜੀਵਨ ਦਾ ਅੰਗ ਬਣਾ ਕੇ ਮਾਂ ਬੋਲੀ ਦੀ ਪੰਜਾਬੀ ਭਾਸ਼ਾਈ ਸੇਵਾ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਬੱਚੇ ਬੱਚੀਆਂ ਨੂੰ ਜੋੜ ਰਹੇ ਨੇ ਤਾਂ ਜੋ ਆਪਣੀ ਬੋਲੀ ਵਿੱਚ ਗੱਲ ਕਰਕੇ ਅੱਜ ਦਾ ਇੱਕ ਅੱਛਾ ਸਮਾਜ ਸਿਰਜਿਆ ਜਾ ਸਕੇ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਅਗਲੇ ਹਫ਼ਤੇ ਆਪਾਂ ਫਿਰ ਡਾਕਟਰ ਸਾਹਿਬ ਨਾਲ ਇਸੇ ਤਰ੍ਹਾਂ ਮੁਲਾਕਾਤ ਕਰਾਂਗੇ ਤੇ ਗੱਲ ਕਰਾਂਗੇ ਜਿਹੜੇ ਉੱਚੇ ਉਦਦੇ ਨੇ ਜਿਨਾਂ ਦੇ ਨੌਜਵਾਨ ਕਿਤੇ ਨਾ ਕਿਤੇ ਆਸਲਾ ਕੇ ਬੈਠਾ ਉਹਨਾਂ ਉਹਦਿਆਂ ਨੂੰ ਕਿਵੇਂ ਆਪਣੀ ਬੋਲੀ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਅੱਜ ਦੇ ਸਮਾਜ ਵਿੱਚ ਆਪਣੀ ਮਾਂ ਬੋਲੀ ਨੂੰ ਵਰਤ ਕੇ ਆਪਣੀ ਮਾਂ ਬੋਲੀ ਵਿੱਚ ਗੱਲਬਾਤ ਕਰਕੇ ਕਿਵੇਂ ਆਪਣਾ ਸਟੇਟਸ ਕਾਇਮ ਰੱਖਿਆ ਜਾ ਸਕਦਾ ਹੈ ਹੁਣ ਸਾਨੂੰ ਦਿਵਾਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੈ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀਰ ਰਿਲੀਫ ਮੇਰੇ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਹੋ ਕੇ ਮੋਡੇ ਵੀ ਹੋ ਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇ ਵਿਚ ਦੇਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀਰ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆ ऑयल ਫ੍ਰੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿਤਨਾ ਕੀ ਤੁਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹੋ ਕਿ ਤੁਸੀਂ ਸੋਸਾਇਟੀ 'ਚ ਬੈਠੇ ਹੋ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ जिने मेरा कॉन्फिडेंस बिल्ड किता जदे लगान नाल मैं मार्केटຊົນ ਬੜਾ ਹੀ ਕੌਨਫੀਡੈਂਟ ਹਾਂ ਆਰ ਇਦਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ